ਭਲੇ ਉਹ ਬੜੀ ਮੁਸ਼ਕਲ ਹੋ ਜਾਂਦੀ ਹੈ ਪਛਾਣ ਦੀ ਨਕਲੀ ਸਿੱਖ ਕਿਹੜਾ ਤੇ ਅਸਲੀ ਸਿੱਖ ਕਿਹੜਾ ਬੜੀ ਮੁਸ਼ਕਲ ਹੋ ਜਾਂਦੀ ਹੈ ਇਹ ਪਛਾਣੀਏ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਿੱਖ ਕਿਹੜਾ ਤੇ ਗੁਰਦੁਆਰਾ ਨਾਨਕ ਦਾ ਸਿੱਖ ਕਿਹੜਾ ਜਦੋਂ ਲੰਬੇ ਚੌਲੇ ਪਾਲ ਪਾਉਣ ਵਾਲੇ ਗੋਲ ਪੱਤਾ ਵੰਡਣ ਵਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਵਾਲੇ ਉਸਨੂੰ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਲਿਖਣ ਲਿਖ ਕੇ ਪ੍ਰਕਾਸ਼ ਕਰਕੇ ਬਹਿ ਜਾਂਦੇ ਨੇ ਪਾਠ ਕਰਨ ਵਾਸਤੇ ਤੇ ਸੋਚਦੇ ਨੇ ਕਿੱਥੋਂ ਕਰੀਏ ਕਿੱਥੋਂ ਨਾ ਕਰੀਏ ਮੈਂ ਨਾਮ ਨਾ ਪੁੱਛਣਾ ਬੰਬੇ ਕੋਲੀ ਨੇ ਉੱਥੋਂ ਦੇ ਸੈਕਟਰੀ ਅਦਾਸ ਪਿੱਛੇ ਬਣੇ ਜਨਵਰੀ ਬੰਬੇ ਦੇ ਉਹਨਾਂ ਨੇ ਗੱਲ ਸੁਣਾਈ ਆਪਣੀ ਹੱਟ ਦਿੱਤੀ ਕਹਿਣ ਲੱਗੇ ਮੈਂ ਹਜ਼ੂਰ ਸਾਹਿਬ ਗਿਆ ਤੇ ਵੇਖਿਆ ਉੱਥੇ ਦੂਜੇ ਗ੍ਰੰਥ ਦਾ ਨਾਲ ਪ੍ਰਕਾਸ਼ ਹੈ ਜਿਹਨੂੰ ਮੈਂ ਚੰਗੀ ਤਰ੍ਹਾਂ ਜਾਣਦਾ ਸਾਂ ਇਹਦੇ ਵਿੱਚ ਤੇ ਮੈਂ ਉਹਨਾਂ ਕੋਲੋਂ ਸੁਭਾਵਿਕ ਪੁੱਛਿਆ ਵੀ ਤੁਸੀਂ ਪ੍ਰਕਾਸ਼ ਬਰਾਬਰ ਕੀਤਾ ਹੋਇਆ ਪੁੱਛ ਸਕਦੇ ਮੈਂ ਤੁਹਾਨੂੰ ਇਸੇ ਨਾਮ ਦੇ ਉਹ ਮੈਂ ਖਾਰ ਦੇਖ ਸਕਦੀ ਖਾਤੂ ਪਾਸਾ ਤੇ ਮੈਂ ਰੱਖਿਆ ਵੀ ਤੁਸੀਂ ਹੁਕਮਨਾਮਾ ਵੀ ਲੈ ਦਿਓ ਜੇ ਭਲਾ ਐਸੀ ਰਚਨਾ ਦਾ ਹੁਕਮਨਾਮਾ ਆ ਜਾਏ ਜਿਹੜੀ ਪੜ੍ਹੀ ਨਹੀਂ ਜਾ ਸਕਦੀ ਸੁਣੀ ਨਹੀਂ ਜਾ ਸਕਦੀ ਤੇ ਤੁਸੀਂ ਕੀ ਕਰਦੇ ਹੋ ਤੇ ਜਿਹੜਾ ਉਹਨਾਂ ਜਵਾਬ ਦਿੱਤਾ ਸਾਰੀ ਪਰਿਸ਼ਦ ਨੇ ਦਿੱਤਾ ਕਿਉਂਕਿ ਉਹ ਮਿਕਸ ਜੀ ਬੋਲੀ ਬੋਲਦੇ ਨੇ ਉੱਧਰ ਮੇਰੇ ਵਾਲੇ ਭਾਈ ਸਾਹਿਬ ਹਮ ਜਾਣਤੇ ਹੈ ਕਹਾਂ ਸੇ ਹੁਕਮਨਾਮਾ ਲੈਣਾ ਪਹਿਲਾਂ ਹੀ ਨਿਕਾਲ ਦਿੱਤੇ ਹੈ ਬਾਸ ਹੁਕਮਨਾਮਾ ਜੇ ਤੁਹਾਨੂੰ ਆਪਣੀ ਗੁਰੂ ਤੇ ਆਪ ਨੂੰ ਹੀ ਸ਼ੱਕ ਹੈ ਮਾਏ ਉਨਤ ਇਸ ਗੁਰੂ ਕੀ ਜਾਤ ਭਰਮ ਨਾ ਜਾਏ ਤੁਖਾਂ ਦੇਖ ਕਿ ਅਸੀਂ ਲੜਾਈ ਸੇਧ ਨਹੀਂ ਲੜਾਈ ਨੂੰ ਲੜਾਈ ਨਹੀਂ ਬਣਾਉਣੀ ਬਲਕਿ ਲੜਾਈ ਨੂੰ ਇੱਕ ਉਹ ਸਕਾਰਤ ਰੂਪ ਦੇਣਾ ਹੈ ਕਿ ਆਪਣੇ ਮੈਦਾਨ ਚ ਛੱਡ ਕੇ ਦੌੜ ਜਾਣਾ ਅੱਜ ਸਵੇਰੇ ਕਲਚਰ ਕਿ ਇਹਨਾਂ ਦੇ ਉਹਨਾਂ ਨੇ ਅਹਿਸਾਸ ਕਰ ਲਿਆ ਕਿ ਇਹਦੇ ਵਿੱਚ ਸਭ ਕੁਝ ਅੱਛਾ ਨਹੀਂ ਹੈ ਉਹ ਇਸ ਗੱਲ ਨੂੰ ਮੰਨਦੇ ਨੇ ਬਲਕਿ ਮੈਂ ਇੱਕ ਐਗਜ਼ਾਂਪਲ ਪ੍ਰਯੋਗ ਕਰਕੇ ਸਾਡੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਦਾ ਕੋਈ ਪ੍ਰਚਾਰ ਕਰੇ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਕੋਈ ਪ੍ਰਚਾਰ ਕਰੇ ਲੋਕਾਂ ਨੂੰ ਆਖੇ ਕਿ ਭਲੇ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਜਦੋਂ ਪੜ੍ਹੋ ਜਾਂ ਗੁਰਕੇ ਛੁਪਵਾ ਕੇ ਬਾਣੀ ਵਿੱਚੋਂ ਵੱਡੇ ਅਸੀਂ ਉਹਦੇ ਤੇ ਕੁਰਬਾਨ ਚੜ੍ਹਦੇ ਬੜਾ ਪੁੱਣ ਕਰਦੇ ਬੜਾ ਪਤਾ ਬਾਣੀ ਦਾ ਪ੍ਰਚਾਰ ਕਰਦਾ ਦੁਨੀਆਂ ਨੂੰ ਬਾਣੀ ਨਾਲ ਜੋੜਦਾ ਹੈ ਬਾਣੀ ਪੜ੍ਹਨ ਲਈ ਪ੍ਰੇਰਨਾ ਦੇਈ ਬਾਣੀ ਦੇ ਉੱਠ ਕੇ ਵੰਡ ਰਹੇ ਉਹਨੂੰ ਪਤਾ ਸੀ ਕਿੱਡੀ ਅਜੀਬ ਕਰ ਰਿਹਾ ਜੇ ਤੁਹਾਡੇ ਉਸ ਗ੍ਰੰਥ ਵਿੱਚ ਸਭ ਕੁਝ ਠੀਕ ਹੈ ਤੇ ਮੈਂ ਕੀ ਗੁਨਾਹ ਕਰ ਲਏ ਮੈਂ ਵੀ ਤਾਂ ਇਹ ਉਹ ਕਹਿਣਾ ਦਸਮ ਗ੍ਰੰਥ ਪੜ੍ਹੋ ਐਵੇਂ ਨਾ ਪੜ੍ਹੋ ਇਹੀ ਕਹਿੰਦਾ ਪੜ੍ਹੋ ਪੜ੍ਹ ਕੇ ਤਾਂ ਵੇਖੋ ਕੀ ਹੈ ਤੇ ਗੁਟਕਿਆਂ ਵਾਂਗੂ ਮੈਂ ਕੋਸ਼ਿਸ਼ ਕੀਤੀ ਕਿ ਉਹਦੇ ਵਿੱਚੋਂ ਕੁਝ ਚੀਜ਼ਾਂ ਕੌਮ ਦੇ ਨਾਲ ਭਰਿਓ ਜੋ ਸਾਡੇ ਨਾਲ ਧੋਖਾ ਹੋ ਗਿਆ ਪਛਾਣ ਇਹਦਾ ਪੁਰਾਤਨ ਨਾਮ ਪਵਿੱਤਰ ਨਾਮ ਜਦੋਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਤੋਂ 20-40 ਸਾਲ ਬਾਅਦ ਸਾਜਿਸ਼ ਨਾਲ ਇਹ ਬਣਾਇਆ ਗਿਆ ਸਤਿਗੁਰੂ ਦੇ ਵਕਤ ਕੋਈ ਦੂਜਾ ਗ੍ਰੰਥ ਨਹੀਂ ਸੀ ਔਰ ਇਹਨਾਂ ਦੀਆਂ ਲਿਖਤਾਂ ਮੇਰੇ ਕੋਲ ਮੌਜੂਦ ਨੇ ਜਿਹਦੇ ਵਿੱਚ ਇਹ ਮੰਨਦੇ ਨੇ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਆਪਣੀ ਰਚਨਾ ਨੇ ਮੰਨਦੇ ਸਾਲ ਬਾਅਦ ਬਣੇ
ਪਰ ਬਚਿੱਤਰ ਨਾਟਕ ਇੱਕ ਐਸਾ ਨਾਮ ਸੀ ਉਹਦਾ ਲੋਕਾਂ ਤੇ ਪ੍ਰਭਾਵ ਖੋਲੀ ਸੀ ਚਾਹੁੰਦੇ ਸਨ ਕਿਸੇ ਤਰ੍ਹਾਂ ਬ੍ਰਹਮ ਜੀ ਦੀ ਸਾਰਾ ਸਿੱਖ ਸੰਗਤ ਵਿੱਚ, ਕਿਉਂਕਿ ਸਿੱਖੀ ਨੂੰ ਬ੍ਰਹਮਨਿਸਮ ਦੇ ਥੱਲਿਓਂ ਗੁਰੂ ਨੇ ਕੱਢਿਆ ਸੀ ਕਰਮ ਕਾਂਡ ਦੇ ਕਰਕੇ। ਕਿਉਂ ਕੱਢਿਆ ਸੀ? ਗੁਰੂ ਕੋਈ ਪੰਡਿਤ ਦੇ ਬ੍ਰਾਹਮਣ ਦੇ ਅਗੇਸ ਵਿਰੋਧੀ ਦੁਸ਼ਮਣ ਨਹੀਂ, ਉਸ ਵਿਚਾਰਧਾਰਾ ਦਾ ਵਿਰੋਧੀ। ਗੁਰੂ ਤੇ ਆਪ ਆਖ ਰਿਹਾ ਕਹਿੰਦਾ ਸੋ ਪੰਡਿਤ ਜੋ ਮਨ ਪ੍ਰਭੂ ਰਾਮ ਨਾਮ ਆਤਮ ਮੈਂ ਸੋ ਰਾਮ ਨਾਮ ਸਾਰ ਰਸਤੀ ਮੈਂ, ਉਸ ਪੰਡਿਤ ਕਹਿ ਉਪਦੇਸ਼ ਜਾਗੀ ਹਰ ਕੀ ਕਥਾ ਹੈ ਉਹਦੇ ਵਿਸਾਰ, ਸੋ ਪੰਡਿਤ ਕੋਈ ਜੋ ਨਾ ਆਵੇ ਵੇਦ ਪ੍ਰਾਣ ਸਿੱਖ ਸਿਮਰਤ ਬੂਝਾ ਸੁਖ ਮੈਂ ਜਾਣੋ ਚੋ ਵਰਨਾ ਕੋ ਦੇ ਉਪਦੇਸ਼ ਨਾਨਕ ਉਸ ਪੰਡਿਤ ਕੋ ਸਦਾ ਦੇ। ਆਪ ਕਹਿ ਦੇ ਪਰ ਚੋ ਵਰਨਾ ਕੋ ਉਪਦੇਸ਼ ਦੇ ਰਿਹਾ ਹੋਵੇ, ਚੋ ਵਰਨਾ ਵੱਡੀਆਂ ਪਾ ਕੇ ਵੱਖ ਵੱਖ ਨਾ ਕਰ ਰਿਹਾ ਹੋਵੇ, ਬ੍ਰਹਮਨਿਸਮ ਵਿੱਚ ਇਹ ਸਾਰੀ ਜ਼ਲਾਲਤ ਸੀ ਖਿਆਲ ਕਰੇ ਹੋ। ਮੈਂ ਜੇ ਪੁੱਛੋ ਕਿ ਕੁਛ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ, ਬ੍ਰਹਮਨਿਜ਼ਮ ਨੇ ਸਾਰੀ ਆਪਣੀ ਉਮਤ ਨੂੰ ਹਿੰਦੂਇਜ਼ਮ ਨੂੰ ਇੰਨਾ ਅੰਧੇਰੇ ਵਿੱਚ ਰੱਖ ਲਿਆ ਧਰਮ ਨਾਮ ਤੋਂ, ਤਾਂ ਕਿ ਧਰਮ ਦੇ ਨਾਮ ਥੱਲੇ ਜੋ ਮਰਜ਼ੀ ਮੈਂ ਗੁਨਾਹ ਕਰੀ ਜਾਵਾਂ ਇਹ ਬੋਲਣ ਹੀ ਨਾ, ਇਹਨਾਂ ਦੀ ਕੋਈ ਆਵਾਜ਼ ਹੀ ਨਾ। ਗੁਰੂ ਹਿੰਦੂ ਦੇ ਵਿਰੁੱਧ ਨਹੀਂ ਸੀ, ਗੁਰੂ ਨੇ ਮਹਿਸੂਸ ਕੀਤਾ ਵੀ ਹਿੰਦੂਇਜ਼ਮ ਤੱਕ ਸੰਸਾਰ ਜਿਹੜਾ ਹਿੰਦੂ ਸੰਸਾਰ ਜਿਹੜਾ ਉਹਦੇ ਕ੍ਰੈਸ਼ ਹੋ ਗਿਆ, ਸਮੀਰ ਗੁਲਾਮ ਹੋ ਗਈ, ਜੀਵਨ ਦੇ ਕੁਛ ਸਾਧਨ ਨਹੀਂ ਰਹੇ, ਸਭ ਕੁਝ ਬ੍ਰਾਹਮਣ ਨੇ ਆਪਣੀ ਮੁੱਠੀ ਵਿੱਚ ਕਰ ਲਿਆ ਤੇ ਹਿੰਦੂ ਨੂੰ ਇੱਥੋਂ ਤੱਕ ਦੱਸ ਦਿੱਤਾ ਤੂੰ ਵਿਦਿਆ ਨਹੀਂ ਪੜ੍ਹ ਸਕਦਾ, ਵਿਦਿਆ ਪੜ੍ਹਨ ਦਾ ਆਧਾਰ ਕੇਵਲ ਬ੍ਰਾਹਮਣ ਕੋਲ। ਧਰਮ ਇੱਕ ਉਹ ਸ਼ਬਦ ਹੈ ਜਿਹਦੇ ਤੇ ਦੁਨੀਆਂ ਦਾ ਹਰ ਮਨੁੱਖ ਵਿਸ਼ਵਾਸ ਕਰਦਾ, ਧਰਮ ਇੰਨਾ ਪਵਿੱਤਰ ਨਾਮ ਹੈ ਦੁਨੀਆਂ ਦੇ ਹਰ ਮਨੁੱਖ ਦੇ, ਭਾਵੇਂ ਉਹ ਕ੍ਰਿਸਚਨ ਹੈ ਭਾਵੇਂ ਉਹ ਇਸਲਾਮ ਵਾਲਾ, ਜਿਹਦੇ ਨਾਂ ਨਾਲ ਵੀ ਧਰਮ ਸ਼ਬਦ ਆ ਜਾਏ ਨਾ ਮਨੁੱਖੋਂ ਦੇ ਅੱਗੇ ਸਿਰ ਚੁਕਾਉਂਦਾ ਹੈ। ਬਲਕਿ ਮੈਂ ਇੱਕ ਵਾਰ ਐਗਜ਼ਾਮਪਲ ਦਿੱਤੀ ਸੀ ਤੁਹਾਨੂੰ ਯਾਦ ਹੋਏਗਾ ਕਿ ਸੜਕਾਂ ਦੇ ਕੰਢੇ ਤੇ ਕੁਝ ਤੋਲਣ ਵਾਲੇ ਕੰਢੇ ਲੱਗੇ ਹੁੰਦੇ ਨੇ, ਉਹਨਾਂ ਦਾ ਨਾਮ ਵੀ ਧਰਮ ਕੰਢਾ, ਤੇ ਮੈਂ ਇੱਥੇ ਸੀ ਸੁਣਿਆ ਰਿਹਾ ਕੋਲ ਵੀ ਕੰਢੇ ਪਏ, ਪਹਿਲਾਂ ਵੀ ਲੋਕ ਸੋਨਾ ਤੋਲਦੇ ਸਨ ਹੁਣ ਵੀ ਤੋਲਦੇ ਨੇ ਕੰਢਿਆਂ ਦੂਜੀਆਂ ਨਾਲ, ਪਰ ਕੁਝ ਕੁਝ ਸੁਨਾਰਿਆਂ ਨੇ ਆਪਣੇ ਦੁਕਾਨ ਤੇ ਰੱਖਿਆ ਹੋਇਆ ਬਕਸੇ ਵਿੱਚ ਪਾ ਕੇ ਕੰਢਾ ਉਹਦੇ ਤੇ ਲਿਖਿਆ ਹੋਇਆ ਧਰਮ ਕੰਢਾ। ਸੁਨਾਰ ਜਿੰਨੀ ਮਰਜ਼ੀ ਇਮਾਨਦਾਰੀ ਨਾਲ ਤੋੜ ਲਏ ਮਨੁੱਖ ਨੂੰ ਵਿਸ਼ਵਾਸ ਨਹੀਂ, ਕਹਿੰਦਾ ਕਿਸੇ ਧਰਮ ਕੰਢੇ ਤੇ ਤੋੜਾ। ਕਿਸੇ ਧਰਮ ਕੰਢੇ ਤੇ ਤੋੜਾ, ਤੈਨੂੰ ਕੀ ਵਿਸ਼ਵਾਸ ਹੈ ਕਿ ਉਹ ਧਰਮ ਕੰਢਾ, ਕਿਉਂ ਉਹਦੇ ਨਾਂ ਨਾਲ ਧਰਮ ਜੁੜ ਗਿਆ, ਚਲੀ ਉਸ ਕੰਢੇ ਦੀ ਪਰਚੀ ਮਿਲਿਆ ਧਰਮ ਕੰਢੇ ਦੀ ਪਰਚੀ ਹੈ। ਧਰਮ ਮਨੁੱਖ ਨੂੰ ਕਈ ਵਾਰ ਪੜਦਾ ਪੜਦਾ ਇਹ ਕੁਝ ਕਿਸੇ ਚੀਜ਼ ਦਾ ਫਾਇਦਾ ਉਠਾਇਆ ਬ੍ਰਾਹਮਣ, ਉਹਨੇ ਧਰਮ ਦੇ ਨਾਮ ਥੱਲੇ ਸਾਰੀ ਅਸ਼ਪਸ਼ਟੀ ਆਪਣੇ ਲਈ ਤੇ ਫਿਲਹਾਲ ਆਪਣੇ ਲਈ ਇਕੱਠ ਕਰ, ਧਰਮ ਦੇ ਨਾਮ ਥੱਲੇ ਲੋਕਾਂ ਨੂੰ ਆਖਿਆ ਆਪਣੀਆਂ ਬੱਚੀਆਂ ਦਾਨ ਕਰ, ਔਰ ਲੋਕਾਂ ਨੇ ਕੀਤੀਆਂ, ਉਹਨਾਂ ਨੂੰ ਦੇਵਦਾਸੀਆਂ ਬਣਾ ਕੇ ਇੱਕ ਵੇਸ਼ਵਾ ਦੇ ਰੂਪ ਵਿੱਚ ਬ੍ਰਾਹਮਣ ਨੇ ਆਪਣੇ ਧਰਮ ਮੰਦਰਾਂ ਵਿੱਚ ਰੱਖਿਆ। ਅੱਜ ਤੱਕ ਪ੍ਰਥਾ ਹਿੰਦੁਸਤਾਨ ਦੇ ਪੂਰੇ ਹਿੱਸਿਆਂ ਵਿੱਚ ਚੱਲ ਰਹੀ, ਧਰਮ ਨਾਮ ਲੋਕਾਂ ਦੀਆਂ ਨੌਜਵਾਨ ਬੱਚੀਆਂ ਦਾਨ ਹੁੰਦੀਆਂ ਬ੍ਰਾਹਮਣ ਕੋਲ, ਉਹ ਮੰਦਰਾਂ ਵਿੱਚ ਨਾਚ ਕਰਦੀਆਂ, ਬ੍ਰਾਹਮਣਿਜ਼ਮ ਦੀ ਆਪਣੀ ਹਮਸ਼ ਦਾ ਸ਼ਿਕਾਰ ਹੁੰਦੀਆਂ, ਵੇਸਵਾ ਵਾਲਾ ਜੀਵਨ ਬਿਤਾਉਂਦੀਆਂ, ਜੇ ਨਾ ਹੁੰਦਾ ਇਹ ਦੇਵਦਾਸੀਆਂ ਦੇਵਤਿਆਂ ਦੀਆਂ ਭਗਤ ਅੱਜ ਵੀ ਮੰਦਰਾਂ ਵਿੱਚ ਸ਼ਰਾਬ ਦੇ ਨਸ਼ੇ, ਮੰਦਰਾਂ ਵਿੱਚ ਭੰਗ ਦੇ ਨਸ਼ੇ ਆਮ ਬ੍ਰਾਹਮਣ ਵਿੱਚ ਅੱਜ ਵੀ ਜਾ ਕੇ ਦੇਖ ਸਕਦੇ ਹੋ, ਕਿਉਂਕਿ ਉਹਨਾਂ ਨੇ ਇਹਨਾਂ ਦਾ ਨਾਮ ਨਸ਼ਿਆਂ ਦਾ ਸ਼ਿਵਾਂ ਦਾ ਪ੍ਰਸ਼ਾਦ ਰੱਖ ਲਿਆ ਤੇ ਆਪਣੇ ਦੇਵੀ ਦੇਵਤੇ ਨੂੰ ਇਉਂ ਆਪਣੇ ਵਿਚਾਰਾਂ ਨਾਲ ਵੰਡ ਕੇ ਬਣਾ ਲਿਆ, ਉਸ ਕਿਸਮ ਦੇ ਇਤਿਹਾਸ ਤੇ ਸਾਖੀਆਂ ਭਰ ਦਿੱਤੀਆਂ ਤਾਂ ਕਿ ਲੋਕ ਇਹ ਸਮਝਣ ਵੀ ਜੇ ਦੇਵੀ ਦੇਵਤਿਆਂ ਵਰਗੇ ਇੱਡੇ ਮਹਾਨ ਸ਼ਕਤੀਸ਼ਾਲੀ ਲੋਕ ਜਿਹੜੇ ਨੇ ਜੇ ਉਹ ਵੀ ਇਹੋ ਜਿਹੇ ਵਿਚਾਰ ਕਰ ਸਕਦੇ ਨੇ ਤਾਂ ਵਿਚਾਰ ਤੇ ਹੈ ਨਹੀਂ, ਕਦਾ ਗੁਣਾ ਸਾਡੇ ਦੇਵੀ ਦੇਵਤੇ ਵੀ ਕਰਦੇ ਸਨ, ਰਸਤਾ ਬਣ ਗਿਆ। ਪਰ ਗੁਰੂ ਨੂੰ ਇਹ ਗੱਲ ਪ੍ਰਵਾਨ ਨਹੀਂ ਸੀ, ਗੁਰੂ ਨੇ ਜੀਵਨ ਨੂੰ ਪਵਿੱਤਰਤਾ ਵਿੱਚ ਧਾਰਨਾ ਸੀ, ਇਸ ਲਈ ਸਭ ਤੋਂ ਪਹਿਲਾਂ ਉਹਨੂੰ ਬ੍ਰਾਹਮਣਿਜ਼ਮ ਦੇ ਘੇਰੇ ਵਿੱਚੋਂ ਕੱਢਣਾ
ਜ਼ਰੂਰੀ ਸੀ। ਗੁਰੂ ਨੇ ਅਚਾਨਕ ਜੀਵਨ ਦਿੱਤਾ ਸੀ। ਅਬ ਮੈਂ ਫਿਰ ਵੀ ਅਰਜ਼ ਕਰਾਂ, ਜੇ ਪ੍ਰਿਆਸ਼ਤਰ ਵਰਗੀ ਅਸ਼ਲੀਲ ਰਚਨਾਵਾਂ ਸਾਡੇ ਪਰਦੇ ਪਾਈਆਂ ਜਾ ਰਹੀਆਂ ਨੇ ਤਾਂ ਕਾਰਨ ਵੀ ਸੀ। ਆਤਮਕ ਤੌਰ ਤੇ ਮਨੁੱਖ ਬਲਵਾਨ ਹੁੰਦਾ ਹੈ ਉਦੋਂ ਜਦੋਂ ਉਹ ਅਚਰਨ ਦਾ ਉੱਚਾ ਹੋਵੇ। ਜਿਹੜੇ ਅਚਰਨ ਦੇ ਜੀਵਨ ਲੋਕ ਨੇ ਉਹ ਕਦੀ ਆਤਮਕ ਤੌਰ ਤੇ ਬਲਵਾਨ ਨਹੀਂ। ਖਾਲਸੇ ਵਿੱਚ ਅਚਰਨ ਉੱਚਾ ਕੀਤਾ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਰਹਿਤਾ ਪ੍ਰਹਿਤਾ ਵਿੱਚ ਕੀ ਦਿੱਤਾ ਹੈ? ਉੱਚੇ ਅਚਰਨ ਦੀ ਨਿਸ਼ਾਨ ਉਹ ਭਰਿਆ ਜਿਹੜਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤੈਨੂੰ ਪ੍ਰਹਿਤਾ ਵਿੱਚ ਤਾਂ ਇਹ ਆਖ ਰਿਹਾ, ਪਰਾਈ ਇਸਤਰੀ ਦੇ ਨੇੜ ਵੀ ਨਹੀਂ ਜਾਣਾ, ਉਹਦੀ ਸੰਗਤ ਨਹੀਂ ਕਰਨੀ, ਤੂੰ ਪ੍ਰਹਿਤਿਆ ਹੋ ਜਾਏਗਾ ਤੇਰਾ ਅੰਮ੍ਰਿਤ। ਉਹ ਗੁਰੂ ਗੋਬਿੰਦ ਸਿੰਘ ਸਾਹਿਬ ਤ੍ਰਿਆ ਚਿੱਤਰ ਦੇ ਰੂਪ ਵਿੱਚ ਤੈਨੂੰ ਇਹ ਸਿੱਖਿਆ ਦੇਵੇਗਾ ਕਿ ਸੰਸਾਰ ਦਾ ਹਰ ਵੀ ਵਿਚਾਰ ਤੇਰੇ ਲਈ ਧਰਮ ਹੈ। ਜਦੋਂ ਹਿੰਦੁਸਤਾਨ ਦੀਆਂ ਬਹੁ ਬੇਟੀਆਂ ਖਾਲਸੇ ਨੇ ਛੁਡਾ ਛੁਡਾ ਲਿਆਂਦੀਆਂ, ਘਰਾਂ ਵਿੱਚ ਪਰਵਾਇਆ ਪਹੁੰਚਾਈਆਂ ਇੱਜ਼ਤ ਮਾਣ ਸਤਿਕਾਰ ਨਾਲ, ਜਦੋਂ ਲੋਕ ਜਿੱਥੇ ਚਾਰ ਸਿੱਖ ਆ ਜਾਣ ਉੱਥੇ ਮਹਿਸੂਸ ਕਰਦੇ ਸਨ ਅਸੀਂ ਹੁਣ ਸੁਰੱਖਿਅਤ ਹਾਂ, ਖਾਲਸਾ ਆ ਗਿਆ। ਉਦੋਂ ਹਿੰਦੂ ਅਜੇ ਲੋਕ ਕਹਿੰਦੇ ਨੇ ਹਿੰਦੂਆਂ ਵਿੱਚੋਂ ਸਿੱਖ ਬਣੇ, ਉਹਦਾ ਕਾਰਨ ਸਮਝੋ। ਉਦੋਂ ਹਿੰਦੂ ਪਰਿਵਾਰਾਂ ਦੇ ਲੋਕ ਵੀ ਮਹਿਸੂਸ ਕਰਦੇ ਸਨ ਕਾਸ਼ ਕਦੀ ਅਸੀਂ ਵੀ ਆਪਣੇ ਬੱਚੇ ਨੂੰ ਸਿੱਖ ਬਣਾ ਦੇਈਏ ਤੇ ਸਾਡਾ ਘਰ ਇਸ ਜ਼ੁਲਮ ਤੋਂ ਸੁਰੱਖਿਅਤ ਹੋ ਜਾਏ। ਇਉਂ ਹਿੰਦੂ ਪਰਿਵਾਰਾਂ ਨੇ ਆਪਣੇ ਵਿੱਚੋਂ ਸਿੱਖ ਬੱਚੇ ਬਣਾਉਣੇ ਸ਼ੁਰੂ ਕੀਤੇ। ਪਰਿਵਾਰ ਵਧੇ, ਮੈਂ ਗਲਤ ਨਹੀਂ ਵੀ ਉਹ ਗਲਤ ਕਹਿੰਦੇ, ਬਿਲਕੁਲ ਠੀਕ, ਹਿੰਦੂ ਪਰਿਵਾਰਾਂ ਵਿੱਚ ਸਿੱਖ ਸਕਦੇ ਨੇ ਕਿਉਂਕਿ ਸਿੱਖੀ ਦਾ ਉੱਚਾ ਆਚਰਨ ਦਿਖਾਇਆ ਜਾਂਦਾ ਸੀ। ਧੀਆਂ ਭੈਣਾਂ ਦੀ ਮਾਣ ਸਨਮਾਨ ਵਧਾ, ਕਿਉਂਕਿ ਗੁਰਮਤ ਦੀ ਦੁਨੀਆਂ ਵਿੱਚ ਔਰਤ ਜਾਤ ਦਾ ਮਾਣ ਸਨਮਾਨ ਕੇਵਲ ਤੇ ਕੇਵਲ ਸਿੱਖ ਧਰਮ ਦੇ ਹਿੱਸੇ ਆਇਆ। ਇਸਲਾਮ ਵਿੱਚ ਔਰਤ ਧਾਰਮਿਕ ਬਣ ਸਕਦੀ ਆ। ਮੈਂ ਇਸ ਤੋਂ ਬਹੁਤ ਪੁਰਾਣੀ ਗੱਲ ਨਹੀਂ ਕਰਦਾ, ਆਪਣੇ ਹਿੰਨਾ ਡੇਢ ਮਹੀਨਾ ਪੁਰਾਣੀ ਗੱਲ ਹੈ, ਤੁਸੀਂ ਆਪ ਪੇਪਰ ਪੜ੍ਹੀ ਟੀਵੀ ਤੇ ਦੇਖੀ। ਇੱਕ ਦੇਸ਼ ਵਿੱਚ ਇੱਕ ਮਸਜਿਦ ਨੇ ਇੱਥੋਂ ਤੱਕ ਐਲਾਨ ਕਰ ਦਿੱਤਾ ਕਿ ਇਸ ਰਾਹ ਉੱਤੋਂ ਔਰਤ ਨਹੀਂ ਲੰਘ ਸਕਦੀ। ਇੱਕ ਮਸਜਿਦ ਬਹੁਤ ਪੁਰਾਣੀ ਗੱਲ ਕਰ ਰਿਹਾ, ਤਿੰਨ ਡੇਢ ਮਹੀਨਾ ਪੁਰਾਣੀ ਗੱਲ। ਆਜ਼ਾਦ ਕਿਉਂ ਗਏ ਕੁਛ ਲੋਕ, ਉਹ ਵੀ ਇੱਥੇ ਬਣਾ ਕੇ ਐਵੇਂ ਆਏ ਹੈ ਔਰਤ ਨਾਲ, ਵੀ ਤੁਸੀਂ ਮਸੀਤੇ ਜਾਣਾ ਤੇ ਉਹਦਾ ਬੰਦ ਕੀਤਾ, ਉਹ ਨਮਾਜ਼ ਪੜ੍ਹਨ ਵਾਸਤੇ ਮਸੀਤੇ ਨਹੀਂ ਕਰ ਸਕਦੇ। ਪਰ ਇਹ ਵੀ ਅਜੀਬ ਘਟਨਾ ਕਿ ਇੰਨਾ ਹੱਕ ਵੀ ਉਹਦਾ ਖੋਹ ਲੈ ਜਾਏ ਕਿ ਜਿਸ ਸੜਕ ਤੇ ਜਿਸ ਰੋਡ ਤੇ ਮਸੀਤ ਹੈ ਉਸ ਰੋਡ ਤੋਂ ਵੀ ਔਰਤ ਨਹੀਂ ਲੱਗ ਸਕਦੀ। ਇੱਕ ਧਰਮ ਵਿੱਚ ਇਹ ਹਾਲਤ ਸੀ ਔਰਤ ਦੀ, ਤੇ ਦੂਜੇ ਧਰਮ ਵਿੱਚ ਇਹ ਹਾਲਤ ਸੀ ਜਿਹੜਾ ਆਖਦਾ ਸੀ ਪਸ਼ੂ ਗੁਲਾਮ ਤੇ ਨਾਰੀ ਨੂੰ ਇੱਕੋ ਜਿਹਾ ਸਮਝੋ ਕੇ ਤਾੜਨਾ ਵੀ ਅਧਿਕਾਰ ਹੈ, ਇਸ ਨੂੰ ਕਦੀ ਕੋਈ ਹੱਕ ਨਾ ਦੇ। ਉਸ ਹਿੰਦੂ ਧਰਮ ਇੱਕੋ ਗੁਰੂ ਸੱਚੇ ਪਾਤਸ਼ਾਹ ਜੀ ਦਾ ਪਵਿੱਤਰ ਆਦਰਸ਼ਕ ਵਿਚਾਰਧਾਰਾ ਦਾ ਧਰਮ ਸੀ ਜਿਹਦੇ ਵਿੱਚ ਬਰਾਬਰਤਾ ਦਿਖਾਈ। ਉਹ ਦੁਨੀਆਂ ਦਾ ਹਰ ਫਿਰਕਾ ਜਿਹੜਾ ਹੈ ਉਸ ਮਾਨ ਸਨਮਾਨ ਤੇ ਚੜ੍ਹਦਾ। ਜਦੋਂ ਮਾਵਾਂ ਨੇ ਪ੍ਰਤੀਕ ਕੀਤਾ ਕਿ ਨਾ ਸਾਡੀ ਹਿੰਦੂ ਧਰਮ ਵਿੱਚ ਇੱਜ਼ਤ ਮਾਨ ਸਨਮਾਨ ਹੈ ਤੇ ਨਾ ਸਾਡਾ ਇਸਲਾਮ ਧਰਮ ਵਿੱਚ ਇੱਕੋ ਇੱਕ ਧਰਮ ਹੈ ਗੁਰੂ ਨਾਨਕ ਦਾ ਜਿਹੜਾ ਹੈ ਔਰਤ ਨੂੰ ਮਾਨ ਸਨਮਾਨ ਦਿੱਤਾ, ਉਹਨਾਂ ਨੇ ਸੋਚਿਆ ਵੀ ਆਪਣੇ ਬੱਚਿਆਂ ਨੂੰ ਸਿੱਖ ਬਣਾਓ ਤਾਂ ਕਿ ਘਰਾਂ ਵਿੱਚ ਸਾਡਾ ਵੀ ਮਾਨ ਸਨਮਾਨ ਪੈਦਾ ਹੋ ਜਾਏ। ਮੈਂ ਲੰਬੇ ਵਿਸਾਰ ਤੇ ਕਹਾਣੀ ਪੜ੍ਹੀ ਹੈ ਪਿੱਛੇ ਗੜ ਕਰ, ਬਹੁਤ ਕੁਝ ਕਿਹਾ ਜਾ ਸਕਦਾ। ਪਰ ਜਦੋਂ ਬ੍ਰਾਹਮਣ ਨੇ ਮਹਿਸੂਸ ਕੀਤਾ ਕਿ ਇਸ ਕਾਰਨ ਕਿ ਕਿਉਂਕਿ ਮਾਵਾਂ ਨੂੰ ਭੈਣਾਂ ਨੂੰ ਪਤਾ ਲੱਗ ਗਿਆ ਕਿ ਸਿੱਖ ਧਰਮ ਵਿੱਚ ਸਾਡਾ ਮਾਣ ਸਨਮਾਨ ਹੈ, ਉਹ ਬੱਚਿਆਂ ਨੂੰ ਸਿੱਖ ਸਜਾ ਰਹੀਆਂ ਨੇ, ਇਸ ਚਲਦੇ ਹੋਏ ਵੇਗ ਨੂੰ ਕਿਵੇਂ ਰੋਕਿਆ ਜਾਏ? ਬ੍ਰਾਹਮਣ ਨੂੰ ਸਿੱਖੀ ਅਚਰ ਪ੍ਰਵਾਨੀ ਸੀ, ਉਹਨੇ ਤ੍ਰਿਆ ਚਿੱਤਰ ਵਰਗੀਆਂ ਕਹਾਣੀਆਂ ਇਸ ਗ੍ਰੰਥ ਵਿੱਚ ਰੱਖ ਕੇ ਇਹ ਪ੍ਰਚਾਰਨਾ ਸ਼ੁਰੂ ਕੀਤਾ। ਉਹ ਭਲੀ ਉਹ ਇੱਕ ਖਿਆਲ ਕਰਿਓ, ਇੱਥੇ ਤਾਂ ਤੁਹਾਡੇ ਲਈ ਉਦੋਂ ਵੀ ਮਾੜੀ ਥਾਂ ਹੈ। ਆਪਾਂ ਜਿਹੜਾ ਤ੍ਰਿਆ ਚਿੱਤਰ ਪੜ੍ਹ ਲਵੇਗਾ ਵਿਚਾਰ ਕਰੇ, ਮੈਂ ਤਾਂ ਨਹੀਂ ਪੜ੍ਹਾਇਆ
ਨਾ ਮੈਂ ਗ੍ਰੰਥ ਛਾਪੇ ਤੁਸੀਂ ਛਾਪ ਕਿੱਥੋਂ ਪੜ੍ਹੋ ਜਿਹੜਾ ਪੜ੍ਹ ਲਵੇਗਾ ਇਹ ਖਿਆਲ ਕਰਿਓ ਜੇ ਉਹ ਜ਼ਰਾ ਕੁ ਵਿਸ਼ਵਾਸ ਕਰ ਲਏਗਾ ਨਾ ਕੋਈ ਸਿੱਖ ਪਰਿਵਾਰ ਗ੍ਰਿਸ਼ਤੀ ਨਹੀਂ ਰਹੇਗਾ ਇੰਨੇ ਸ਼ੱਕੇ ਪੈਦਾ ਹੋ ਗਏ ਇੰਨੀਆਂ ਗਲਤ ਦਲੀਲਾਂ ਸਾਡੇ ਸਾਹਮਣੇ ਆ ਜਾਂਦੀਆਂ ਕਿ ਔਰਤ ਵਰਗੀ ਘਟੀਆ ਚੀਜ਼ ਨਹੀਂ ਬਣਾਉਂਦੇ ਜੇ ਇੱਥੋਂ ਤੱਕ ਲਿਖ ਦਿੱਤਾ ਗਿਆ ਕਿ ਰੱਬ ਵੀ ਜਦੋਂ ਔਰਤ ਬਣਾਉਂਦਾ ਉਦੋਂ ਪਛਤਾਉਂਦਾ ਹੈ ਕਿ ਮੈਂ ਬੜੀ ਗਲਤੀ ਕਰ ਬੈਠਾ ਆਹ ਚੀਜ਼ ਚੁੱਪ ਰਹੀ ਹੈ ਕਿ ਇਹ ਵੀ ਗੱਲ ਹੈ ਜੇ ਔਰਤ ਇੰਨੀ ਮਾੜੀ ਹੈ ਤੇ ਬੇਬੇ ਨਾਨਕੀ ਕੌਣ ਸੀ ਮਾਤਾ ਪਿਤਾ ਕੌਣ ਸੀ ਬੀਬੀ ਭਾਟੀ ਕੌਣ ਸੀ ਮਾਤਾ ਗੰਗਾ ਕੌਣ ਸੀ ਮਾਤਾ ਗੁਜਰੀ ਕੌਣ ਸੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਤੱਕ ਸਾਰੇ ਗੁਰੂ ਗ੍ਰਸਤੀ ਕਿਉਂ ਹੋਏ ਜੇ ਔਰਤ ਜਾਤ ਤੇ ਬਿਲਕੁਲ ਭਰੋਸਾ ਨਹੀਂ ਕਰਨਾ ਔਰ ਇੱਕ ਵਿਸ਼ਵਾਸ ਕਰਿਓ ਪਰਿਵਾਰਕ ਗ੍ਰਸਤ ਪਰਿਵਾਰਕ ਜੀਵਨ ਤਾਂ ਹੀ ਚੱਲ ਸਕਦਾ ਹੈ ਕੇਵਲ ਵਿਸ਼ਵਾਸ ਜਿਸ ਵੇਲੇ ਤੱਕ ਵਿਸ਼ਵਾਸ ਟੁੱਟ ਜਾ ਉੱਥੇ ਗ੍ਰਸਤ ਟੁੱਟ ਜਾ ਪਰਿਵਾਰ ਟੁੱਟ ਜਾ ਤੇ ਜੇ ਕਦੀ ਤਰਿਆ ਕਰਤਾ ਤੇ ਵਿਸ਼ਵਾਸ ਕਰਨਾ ਤੁਸੀਂ ਵਿਸ਼ਵਾਸ ਕਰ ਹੀ ਨਹੀਂ ਸਕਦੇ ਹੋ ਐਸੀਆਂ ਐਸੀਆਂ ਕਹਾਣੀਆਂ ਨੇ ਜਿਹੜੀਆਂ ਮੈਂ ਤੁਹਾਡੇ ਨਾਲ ਸਾਂਝੀ ਨਹੀਂ ਕਰ ਸਕਦਾ ਕਿਤਾਬ ਦਾ ਛੋਟਾ ਜਿਹਾ ਰੂਪ ਦਿਆ ਤੁਹਾਡੇ ਵਿੱਚ ਪਹੁੰਚਾਉਣ ਕੇਵਲ ਇਸ ਨੂੰ ਸਿੰਪਲ ਨੂੰ ਪੜ੍ਹ ਲਿਓ ਬਾਕੀ ਪੜ੍ਹਨਾ ਹੋਵੇ ਤੇ ਆਪ ਗ੍ਰੰਥ ਪੜ੍ਹ ਲਿਓ ਕੇਵਲ ਸਿੱਖੀ ਵੇਦ ਰੋਕਣ ਲਈ ਤਾਂ ਕਿ ਜਿਹੜੀਆਂ ਮਾਵਾਂ ਆਪਣੇ ਬੱਚਿਆਂ ਨੂੰ ਸਿੱਖ ਸਜਾਉਂਦੀਆਂ ਨੇ ਜੇ ਉਹ ਇਸ ਗ੍ਰੰਥ ਨੂੰ ਗੁਰੂ ਸਮਝ ਕੇ ਵਿਸ਼ਵਾਸ ਕਰ ਲੈਣ ਤੇ ਉਹ ਕਹਿਣੇ ਇਸ ਘਰ ਵਿੱਚ ਤਾਂ ਸਾਡੀ ਉਦੋਂ ਵੀ ਬਦਨਾਮੀ ਇਹ ਤਾਂ ਉਦੋਂ ਵੀ ਕਿਸੇ ਸਿੱਖ ਕਿਸੇ ਬੱਚੇ ਨੂੰ ਸਿੱਖ ਨਾ ਬਣਾ ਤੁਹਾਡਾ ਵੇਦ ਰੋਟਾ ਕੀ ਹੋ ਰਿਹਾ ਸੀ ਆਪ ਮੰਨਦੇ ਹੋ ਜਿਹੜੇ ਕੋਈ ਭੁੱਕੇ ਵੇਚਦਾ ਜਾਂ ਵੰਡਦਾ ਉਸੇ ਤਰ੍ਹਾਂ ਮੈਂ ਤੁਹਾਡੇ ਗ੍ਰੰਥ ਦੇ ਵਿੱਚ ਟੈਂਟ ਬਣਾ ਕੇ ਸੈਂਪਲ ਬਣਾ ਕੇ ਵੰਡ ਰਿਹਾ ਕੀ ਗੁਣਾ ਕਰ ਲਿਆ ਜੇ ਉਹਦੇ ਸਭ ਠੀਕ ਸਭ ਠੀਕ ਹੈ ਤੁਹਾਨੂੰ ਮੇਰਾ ਸਹਾਇਕ ਹੋਣਾ ਚਾਹੀਦਾ ਚੰਗਾ ਸਮਝਣਾ ਚਾਹੀਦਾ ਮੈਂ ਤਾਂ ਤੁਹਾਡਾ ਪ੍ਰਚਾਰ ਕਰ ਰਿਹਾ ਹੈ ਤੁਸੀਂ ਕਹਿੰਦੇ ਹੋ ਕਿਸੇ ਸਟੇਜ ਤੇ ਜਾਂਦਾ ਹੀ ਕਿਉਂ ਸਾਡੇ ਗ੍ਰੰਥ ਦੀ ਗੱਲ ਕਿਉਂ ਕਰਦਾ ਇਹਦਾ ਮਤਲਬ ਤੁਸੀਂ ਆਪ ਮੰਨਦੇ ਹੋ ਕਿ ਗ੍ਰੰਥ ਠੀਕ ਨਹੀਂ ਇਹ ਕਿਉਂ ਦੱਸਦਾ ਹੈ ਮੈਂ ਦਿੱਲੀ ਵਿੱਚ ਉਹ ਸੱਜਣ ਉਹਨਾਂ ਦੇ ਵੇਖੇ ਜਿਹੜੇ ਸਟੇਜਾਂ ਤੇ ਵਿਚਾਰੇ ਹੋ ਕੇ ਉਹ ਭਰਿਓ ਕਾਲੀ ਕਿਤਾਬ ਨਾ ਪੜ੍ਹਿਓ ਕਿਉਂ ਨਾ ਪੜ੍ਹਿਓ ਇਹਦੇ ਵਿੱਚ ਤੁਹਾਡੇ ਗ੍ਰੰਥ ਦੀ ਗੱਲ ਹੈ ਅਸੀਂ ਵਿਚਾਰ ਹੰਸ ਵਾਲੀ ਚੋਰ ਤੋਂ ਹੰਸ ਵਾਲੀ ਬਿਰਤੀ ਹੈ ਸਾਡੇ ਕੋਲ ਪਛਾਣ ਹੋਵੇ ਕਿ ਗੁਰਮਤ ਵਿਚਾਰਧਾਰਾ ਕੀ ਹੈ ਸਾਡਾ ਦੁਖਾਂਤ ਇਹ ਹੈ ਕਿ ਅਸੀਂ ਉਹ ਵਿਚਾਰਧਾਰਾ ਨੂੰ ਬਲਵਾਨ ਵਿਚਾਰਧਾਰਾ ਨੂੰ ਪਰਖ ਨਹੀਂ ਸਕਦੇ ਤਾਂ ਨੂੰ ਪਰਖ ਸਕਦੇ ਕਿਉਂਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੂੰ ਹੁੰਦਾ ਉਹਨੇ ਨੇੜੇ ਨਹੀਂ ਹੋਏ ਜਿਹੜਾ ਸਾਨੂੰ ਨੇੜੇ ਹੋਣਾ ਚਾਹੀਦਾ ਸੀ ਸਾਨੂੰ ਪਤਾ ਹੀ ਨਹੀਂ ਸਿੱਖ ਉਹ ਕਹਿੰਦੇ ਸੁਣੇ ਜੇ ਚੰਡੀ ਦੀ ਆਵਾਜ਼ ਵੀ ਗੁਰੂ ਸਾਹਿਬ ਦੀ ਨਹੀਂ ਜੇ ਗੁਰੂ ਸਾਹਿਬ ਦੀ ਨਹੀਂ ਤੇ ਸਾਨੂੰ ਕੀ ਵਿਸ਼ਵਾਸ ਹੈ ਕਿ ਆਸਾ ਦੀ ਵਾਰ ਗੁਰੂ ਸਾਹਿਬ ਦੀ ਵੀ ਗੁਰੂ ਸਾਹਿਬ ਦੀ ਹੈ ਪਰ ਕਿਆ ਤੈਨੂੰ ਇਹਨਾਂ ਗੁਰ ਵਿੱਚ ਪਤਾ ਨਹੀਂ ਲੱਗਦਾ ਫਿਰ ਤੂੰ ਸਿੱਖ ਕਿਵੇਂ ਹੋਇਆ ਐਸੀਆਂ ਐਸੀਆਂ ਕਹਾਣੀਆਂ ਜਿਹੜੀਆਂ ਪੜ੍ਹ ਮੈਂ ਕਹਿੰਦਾ ਉਹ ਕਹਾਣੀਆਂ ਤਾਂ ਕਿਤੇ ਰਹਿ ਗਈਆਂ ਜਿਹੜੀਆਂ ਪੜ੍ਹੀਆਂ ਨਹੀਂ ਜਾ ਸਕਦੀਆਂ ਪੜ੍ਹੀਆਂ ਜਾ ਸਕਦੀਆਂ ਕਹਾਣੀਆਂ ਵੀ ਮੈਂ ਤੁਹਾਡੇ ਨਾਲ ਸਾਂਝੀਆਂ ਕਰਾਂ ਕਿ ਤੁਸੀਂ ਹੈਰਾਨ ਹੋ ਕਿ ਗੁਰੂ ਸਾਹਿਬ ਦੀ ਹੁਕਮ ਹੈ ਆਪ ਮੈਂ ਐਸੇ ਕੱਲ੍ਹ ਤੁਸੀਂ ਕੋਲ ਪਹਿਲੀ ਛਾਪੀ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਉਹਦੇ ਲਿਖਦਾ ਪੌਂਟਾ ਸਾਹਿਬ ਠਹਿਰੇ ਵੇਲੇ ਤੇ ਸੋਚਦੇ ਨੇ ਇੱਥੇ ਨੇੜੇ ਕਪਾਲ ਮੋਚਨ ਤੀਰਥ ਹੈ ਕਿਉਂ ਨਾ ਉੱਥੇ ਦਰਸ਼ਨ ਕਰਾਂ ਆਪਣੇ ਸਾਥੀਆਂ ਨੂੰ ਨਾਲ ਲੈਂਦੇ ਤੇ ਰਸਤੇ ਸ਼ਿਕਾਰ ਖੇਡਦੇ ਜੀਵਾਂ ਨੂੰ ਮਾਰਦੇ ਕਪਾਲ ਮੋਚਨ ਪਹੁੰਚ ਜਾਂਦੇ ਉੱਥੇ ਜਾ ਕੇ ਕੀ ਵੇਖਦੇ ਨੇ ਵੀ ਕੁਛ ਸਿੱਖ ਸੰਗਤਾਂ ਹੋਰ ਵੀ ਦਰਸ਼ਨ ਨੂੰ ਆਈਆਂ ਹੋਈਆਂ ਮੇਰੇ ਵਾਸਤੇ ਤੇ ਸੋਚਦੇ ਨੇ ਇਹਨਾਂ ਨੂੰ ਸਰਪਾਓ ਦੇਣਾ ਚਾਹੀਦਾ ਸੰਗਤ ਸਾਡੇ ਦਰਸ਼ਨਾਂ ਵੀ ਆਏ ਇਹਨਾਂ ਨੂੰ ਸਰਪਾਓ ਆਪਣੇ ਸਾਥੀਆਂ ਸਿੱਖਾਂ ਨੂੰ ਕਹਿੰਦੇ ਨੇ ਜਾਓ ਇੱਥੇ ਨੇੜੇ ਪਿੰਡ ਹੈ ਬੁਰਜੀਆ ਤੇ ਪੌਂਟਾ ਉੱਥੋਂ ਤੁਸੀਂ ਜਾ ਕੇ ਕੋਈ ਪੰਗਲ ਖਰੀਦ ਲਿਆਓ ਆਪਾਂ ਇਹਨਾਂ ਨੂੰ ਸਰਪਾਓ ਦੇ ਪੰਗਲ ਖਰੀਦ ਲਿਆ ਕੁਛ ਸਮੇਂ ਬਾਅਦ ਉਹ ਸਿੱਖ ਵਾਪਸ ਆ ਜਾਂਦੇ ਨੇ ਤੇ ਆਖਦੇ ਨੇ ਮਹਾਰਾਜ ਦੋਵਾਂ ਪਿੰਡਾਂ ਵਿੱਚ ਭੁੱਖ ਮਾਇਆ ਕਿਤੇ ਮੁੱਲ ਖਰੀਦਣ ਤੇ ਇੱਕ ਪੱਗ ਵੀ ਨਹੀਂ
ਨਿਕਲੀ। ਸੋਚਿਓ ਆਪਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਜਿਹਦੇ ਸਿੱਖ ਹਾਂ, ਜਿਹਨੇ ਸਾਨੂੰ ਰਹਿਮਤ ਕਰਕੇ ਸਾਡੀ ਝੋਲੀ ਅੰਮ੍ਰਿਤ ਦੀ ਦਾਤ ਪਾ ਕੇ ਸਾਨੂੰ ਇੱਕ ਸੁਚੱਜਾ ਅਤੇ ਜੀਵਨ ਜ਼ਮੀਰ ਵਾਲਾ ਜੀਵਨ ਜੀਵਨ ਦਾ ਸਬਕ ਸਿਖਾਇਆ, ਉਹਦੇ ਤੇ ਕੀ ਆਇਆ ਗਿਆ। ਔਰ ਨਾਮ ਹੀ ਦੱਸੋ ਪਾਤਸ਼ਾਹ ਦਾ ਕਿਹੜੀ ਚੀਜ਼ ਅੱਗੇ। ਉੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਹ ਵੀ ਦਿੱਤੇ ਕਿ ਮੈਂ ਸੋਚਿਆ ਕਿ ਪੱਗਾਂ ਨਹੀਂ ਮਿਲੀਆਂ ਤੇ ਇਹਨਾਂ ਨੂੰ ਸਰੂਪਾ ਦੇਣਾ ਜ਼ਰੂਰੀ ਹੈ। ਮੈਂ ਆਪਣੇ ਸਿੱਖਾਂ ਨੂੰ ਆਖਿਆ ਵੀ ਇਉਂ ਕਰੋ, ਇਸ ਤੀਰਥ ਤੇ ਜਿਹੜਾ ਕੋਈ ਅੱਗੇ ਮੈਂ ਹੁਣ ਲਫ਼ਜ਼ ਕੀਤਾ ਇਹ ਤੋਂ ਵੀ ਘੱਟ ਗਿਆ ਲਫ਼ਜ਼, ਬਹੁਤ ਜ਼ਿਆਦਾ ਨੇ ਪੱਤਰ ਹੋ ਗਏ, ਇੰਨੇ ਹੀ ਵਰਤੇ ਜਾਣ, ਉੱਥੇ ਲਫ਼ਜ਼ ਲਿਖੇ ਹੋਏ ਨੇ ਜਿਹੜਾ ਤੁਹਾਨੂੰ ਇੱਥੇ ਮੂਰਤਾ ਨਜ਼ਰ ਆਵੇ ਨਾ ਉਹਦੀ ਪੱਗ ਲਾ ਲਾ। ਗੁਰੂ ਗੋਬਿੰਦ ਸਿੰਘ ਸਾਹਿਬ ਇਹ ਆਦਤ ਕਰਨਗੇ ਜਿਹੜਾ ਸਿੱਖੀ ਨੂੰ ਦਸਤਾਰ ਪਗੜੀ ਦਾਨ ਬਖਸ਼ਿਸ਼ ਕਰਦਾ। ਅੱਜ ਜਦੋਂ ਅਸੀਂ ਕਿਸੇ ਸਿੱਖ ਬੱਚੇ ਨੂੰ ਪਗੜੀ ਦੀ ਰਸਮ ਕਰਦੇ ਹਾਂ ਨਾ, ਉਦੋਂ ਇਹ ਗੱਲ ਕਹਿੰਦੇ ਹਾਂ ਭਰਿਆ ਇਹਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਬਖਸ਼ਿਸ਼ ਸਮਝੀ ਕੇ ਸੰਭਾਲ ਕੇ। ਗੁਰੂ ਗੋਬਿੰਦ ਸਿੰਘ ਸਾਹਿਬ ਪਤਾ ਲੋਕਾਂ ਦੀਆਂ ਪੱਗਾਂ ਨੂੰ ਆਉਂਦੇ ਸਨ, ਪੜ ਲਓ ਮੇਰਾ ਲਿਖਿਆ ਹੋਇਆ ਉਸੇ ਗ੍ਰੰਥ ਦਾ ਹਿੱਸਾ ਹੈ। 800 ਪੱਗ ਲੋਕਾਂ ਦੀ ਲਾਹ ਕਰਿਆ ਮੇਰੇ ਅੱਗੇ ਰੱਖ ਦਿੱਤੀ। ਮੈਂ ਅੱਗੇ ਰਾਤੋਂ ਰਾਤ ਨੂੰ ਪਾ ਦਿੱਤਾ ਤੇ ਤੁਹਾ ਕੇ ਸਵੇਰੇ ਸਿੱਖਾਂ ਨੂੰ ਸ਼ੋਅ ਪਾ ਦੇ ਦਿੱਤੇ, ਜਿਹੜੀਆਂ ਬਚੀਆਂ ਉਹ ਮੈਂ ਵੇਚ ਆਇਆ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਨਾਮ ਤੇ ਅੱਧੀ ਰਾਤ ਕਿਸੇ ਵੇਸਵਾ ਦੇ ਆਖਣ ਤੇ ਭੁਲੇਖੇ ਵਿੱਚ ਆਏ ਹੋਏ ਗੁਰੂ ਗੋਬਿੰਦ ਸਿੰਘ ਸਾਹਿਬ ਆਪਣਾ ਭੇਸ ਬਦਲ ਕੇ ਉਸ ਵੇਦਾਂ ਵੇਸਵਾ ਦੇ ਘਰ ਜਾਂਦੇ ਨੇ। ਚੋਲਾ ਲਾ ਕੇ ਸੇਜਾ ਤੇ ਬੈਠ ਕਰਦੇ, ਉਹ ਆਪਣਾ ਆਪ ਪੇਸ਼ ਕਰਦੀ ਹੈ। ਬੜਾ ਢੰਗ ਹੈ ਲਿਖਾਰੀ ਦਾ ਜਿਸਨੇ ਸਾਜਿਸ਼ ਨਾਲ ਇਸ ਗ੍ਰੰਥ ਦੀ ਰਚਨਾ ਕੀਤੀ ਹੈ। ਉਹਨੇ ਕੁਝ ਚੰਗੀਆਂ ਗੱਲਾਂ ਜਿਹੜੀਆਂ ਸਨ ਨਾ ਇਹ ਉਹ ਖਿਲਾੜੀ ਮੈਂ ਰਾਤ ਸੀ ਨਾ ਧਰੀਆਂ ਖੰਡ ਲਿਵਾਣ, ਕੁਝ ਚੰਗੀਆਂ ਗੱਲਾਂ ਇਸ ਢੰਗ ਨਾਲ ਕੁਝ ਵੰਡ ਦਿੱਤੀਆਂ ਨੇ ਕਿ ਸਿੱਖ ਕੰਫਿਊਜ਼ ਹੋ ਜਾਏ। ਲੈ ਆਹ ਵੀ ਤਾਂ ਉਸੇ ਵਿੱਚ ਹੈ ਸਾਰੇ ਨੂੰ ਪ੍ਰਵਾਨ ਕਰ। ਜਦੋਂ ਉਹ ਆਪਾਂ ਪੇਸ਼ ਕਰਦੀ ਹੈ ਨਾ ਕਿ ਮੇਰੇ ਨਾਲ ਜ਼ਿੰਦਗੀ ਇਸ ਤਰ੍ਹਾਂ ਦੀ ਬਿਤਾਓ, ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਕਹਿੰਦੇ ਨੇ ਵੇਖ ਮੈਨੂੰ ਲੋਕ ਗੁਰੂ ਆਖਦੇ ਨੇ, ਮੇਰੀ ਪੂਜਾ ਕਰਦੇ ਨੇ, ਜੇ ਕਿਸੇ ਨੇ ਸੁਣ ਲਿਆ ਮੈਂ ਇਹਨਾਂ ਕੋਲ ਗੁਰੂ ਲੋਕਾਂ ਕੋਲੋਂ ਡਰ ਰਿਹਾ ਵੈਸੇ ਬੜੇ ਘੱਟ ਨਾਲ ਨਾਮ ਕੀਤਾ ਜਾ ਰਿਹਾ ਗੁਰੂ। ਉਹ ਫਿਰ ਅੱਗੋਂ ਕਹਿੰਦੀ ਦੇਖੋ ਭਗਵਾਨ ਕ੍ਰਿਸ਼ਨ ਵੀ ਤਾਂ ਭਗਵਾਨ ਆਪਾਂ ਤੇ ਸਾਨੂੰ ਨਾ ਇੰਨੀਆਂ ਰਾਈਆਂ ਤੇ ਇੰਨੀਆਂ ਸਹੇਲੀਆਂ ਰੱਖੀਆਂ ਹੋਈਆਂ ਸਨ, ਕੀ ਫਰਕ ਪੈ ਗਿਆ ਲੋਕ ਉਹਨਾਂ ਨੂੰ ਭਗਵਾਨ ਕਹਿੰਦੇ ਗਜੇ ਵੀ ਕਹਿੰਦੇ ਹੁੰਦੇ ਤੇ ਤੁਹਾਡਾ ਕੀ ਵਿਗੜਨਾ। ਉੱਥੇ ਬਲਾਈਂਡ ਪਾਤ ਇੱਕ ਜਿਹੜਾ ਪਾਤਾ ਚੰਗਾ ਤਾਂ ਕਿ ਲੋਕਾਂ ਨੂੰ ਭੁਲੇਖਾ ਪਵੇ। ਉਹ ਜਿਹੜਾ ਅਸੀਂ ਪੜ੍ਹਨੇ ਸੁਰਜਪ ਤੇ ਹਮ ਹਰੀ ਵਚਨ ਗੁਰਦਾ ਹੈ ਹਮਾਰੇ ਪੂਜੇ ਹੈ ਗ੍ਰੰਥ ਕੋ ਇੱਕ ਗ੍ਰੰਥ ਜਬ ਲਗ ਬਥਾ ਹੈ ਇਹ ਵੀ ਉੱਥੇ ਪਾਤਾ ਵਿੱਚ ਵਿੱਚ ਪਾਤਾ ਤਾਂ ਕਿ ਲੋਕ ਮੁਕਾਬਲੇ ਵਿੱਚ ਨਾ ਕਰ ਸਕਣ। ਅਸੀਂ ਪੜ੍ਹਨੇ ਲੋੜੀਆਂ ਤਾਂ ਬੜੀ ਸੋਹਣੀ ਸਿੱਖਿਆ ਪਾਈ ਉੱਥੇ ਹੋਈ ਹੈ, ਪੜ੍ਹ ਕੇ ਵੇਖ ਲਓ ਐਗਜ਼ਾਮੀਟਰ ਵਿੱਚ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਇਹ ਗੱਲ ਸੁਣ ਕੇ ਉਹ ਆਪਣੀ ਪ੍ਰੇਰਨਾ ਦਿੰਦੀ, ਬੜਾ ਮਜ਼ਬੂਤ ਕਰਦੀ। ਗੁਰੂ ਸਾਹਿਬ ਦੀਆਂ ਕਮਜ਼ੋਰੀਆਂ ਦਿਖਾ ਦੇਣ ਨਾਲ ਗੁਰੂ ਸਾਹਿਬ ਸੋਚਦੇ ਨੇ ਇਸ ਵੇਲੇ ਮੇਰੇ ਕੋਲ ਸਿੱਖ ਵੀ ਕੋਈ ਜਿਹੜਾ ਮੈਨੂੰ ਬਚਾ ਲਵੇ। ਆਪ ਸ਼ਸਤਰਧਾਰੀ ਹੋਣ, ਲੋਕਾਂ ਨੂੰ ਕਹਿਣ ਕਿ ਇੱਜ਼ਤ ਮਾਨ ਸਵੈ ਹੈਲਸ ਲਈ ਇਹ ਤੁਹਾਨੂੰ ਸ਼ਸਤਰਧਾਰੀ ਬਣਾਇਆ, ਆਪ ਗੁਰੂ ਇੰਨਾ ਬਲਹੀਣ ਹੋ ਗਿਆ। ਉਹ ਕਹਿੰਦੀ ਹੈ ਵੀ ਜੇ ਤੂੰ ਮੇਰੀ ਗੱਲ ਮੰਨ ਕੇ ਮੇਰੇ ਨਾਲ ਸਰੀਰਕ ਸੰਬੰਧ ਨਹੀਂ ਜੋੜਦਾ ਤੇ ਮੈਂ ਚੋਰ ਚੋਰ ਆਖ ਕੇ ਤੈਨੂੰ ਫੜਾ ਲੈਣ। ਇੱਥੋਂ ਤੱਕ ਰਾਵਣ ਦੇ ਲਫ਼ਜ਼ ਨੇ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਸੋਚੀ ਪੈ ਜਾਂਦੇ ਨੇ ਜੇ ਮੈਂ ਉਹਦੇ ਨਾਲ ਸਰੀਰਕ ਸੰਬੰਧ ਜੋੜਨਾ ਤੇ ਉਹਦੇ ਤੋਂ ਜਿਹੜਾ ਪੈਦਾ ਹੋਵੇਗਾ ਉਹ ਭਟਵਾ ਉਹ ਪਵਾਏਗਾ, ਜੇ ਨਹੀਂ ਜੋੜਦਾ ਤੇ ਮੇਰੇ ਨਾਲ ਚੋਰ ਚੋਰ ਆਖ ਕੇ ਉਠਾਉਂਦੀ। ਜਦੋਂ ਨਹੀਂ ਮੰਨਦੇ ਤੇ ਉਦੋਂ ਚੋਰ ਚੋਰ ਦਾ ਰੌਲਾ ਪਾਉਂਦੀ। ਜਦੋਂ ਉਹ ਚੋਰ ਚੋਰ ਦਾ ਰੌਲਾ ਪਾਉਂਦੀ ਗੁਰੂ ਗੋਬਿੰਦ ਸਿੰਘ ਸਾਹਿਬ ਇੰਨੇ ਘਬਰਾ ਜਾਂਦੇ ਨੇ ਕਿ ਆਪਣਾ ਚੋਲਾ ਤੇ ਜੁੱਤੀ ਉੱਥੇ ਛੱਡ ਕੇ ਨੰਗੇ ਪੈਰ ਦੌੜ ਪੈਂਦੇ।
ਵਾਹਿਗੁਰੂ ਕੀ ਸਿਫਤ ਹੋ ਗਈ ਕਿ ਐਸੀਆਂ ਕਹਾਣੀਆਂ ਨੂੰ ਅਸੀਂ ਗੁਰੂ ਬਣੀਏ ਤੇ ਕਿਸੇ ਦੀ ਸਾਜਿਸ਼ ਬਣੀ ਛੱਡ ਕੇ ਦੌੜ ਪੈਂਦੇ। ਚੋਰ ਚੋਰ ਦੀ ਆਵਾਜ਼ ਸੁਣ ਕੇ ਕੁਛ ਲੋਕ ਤੇ ਉਹਦਾ ਭਰਾ ਵੀ ਇਕੱਠੇ ਹੁੰਦੇ ਨੇ, ਫੜਨ ਦੇ ਪਿੱਛੇ ਦੌੜਦੇ ਨੇ, ਅੱਗੇ ਜਾ ਕੇ ਨਬਲ ਲਿਖੇ, ਕੋਈ ਆ ਕੇ ਪੱਗ ਲਾ ਦਿੰਦਾ, ਕੋਈ ਗਾਣਾ ਫੜ ਲੈਂਦਾ, ਅਸਲ ਜਿੱਥੇ ਵੱਡੀ ਗਿਰੀ ਬਣਾਏ ਪਏ ਨੇ, ਛੋੜਾ ਗਾ ਲੈਂਦਾ, ਨਬਲ ਵਰਤਣ ਜੁੱਤੀਆਂ ਦੀ ਵਰਤੋਂ ਹੋਈ। ਅਖੀਰ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਚਰਿੱਤਰ ਸੁਝਿਆ, ਅਖੇ ਉਹਨਾਂ ਨੇ ਉਸ ਰੌਲਾ ਪਾਤਾ ਵੀ ਨਹੀਂ, ਮੈਂ ਤਾਂ ਆਪ ਚੋਰ ਫੜਨ ਆਇਆ, ਉਹਦੇ ਇਸ਼ਾਰਾ ਕਰਕੇ ਉਹਦੇ ਭਰਾਵਾਂ ਨੂੰ ਚੋਰ ਦਾ ਇਹ ਲੋਕ ਉਹਨੂੰ ਫੜਨ ਲੱਗਦੇ ਨੇ, ਆਪ ਗੁਰੂ ਕੋਸ਼ਿਸ਼ ਕਰੋ ਤੇ ਕਹਾਂ ਕਿ ਵੇਖਦੇ ਨੇ ਹੈ ਮੇਰਾ ਤਾਂ ਚੋਲਾ ਤੋਂ ਜੁੱਤੀ ਵੀ ਉੱਥੇ ਰਹਿ ਗਈ, ਚੋਲਾ ਜੁੱਤੀ ਉੱਥੇ ਰਹਿ ਗਈ ਤੇ ਸਵੇਰ ਸੰਗਤ ਵਿੱਚ ਝੂਠ ਬੋਲਦੇ ਨੇ ਤੇ ਆਖਦੇ ਨੇ ਮੇਰਾ ਰਾਜ ਚੋਲਾ ਤੇ ਜੁੱਤੀ ਚੋਰੀ ਹੋ ਗਈ ਹੈ ਕੋਈ ਲੱਭ ਕੇ ਲਿਆ। ਗੁਰੂ ਤੇ ਧੋਤਾ ਲੈ, ਗੁਰੂ ਤੇ ਇਨਾਮ ਲੈ, ਗੁਰੂ ਤੇ ਵਿਅਕਤੀ ਭਰੇ ਸ਼ਬਦਾਵਲੀ ਵਰਤੀ ਜਾ ਰਹੀ ਹੈ, ਅਸੀਂ ਉਹਨੂੰ ਮੱਥਾ ਟੇਕਦੇ ਹਾਂ। ਪੜ੍ਹ ਲਓ, ਮੈਂ ਤੇ ਤੁਹਾਡੇ ਸਾਹਮਣੇ ਉਹ ਕਹਾਣੀਆਂ ਦੱਸ ਹੀ ਨਹੀਂ ਸਕਦਾ ਜਿਹੜੀਆਂ ਕਹਾਣੀਆਂ ਵਿੱਚ ਲਿਖੀਆਂ ਹੋਣ, ਕਿਉਂਕਿ ਬੱਚੀਆਂ ਮੇਰੀਆਂ ਧੀਆਂ ਪੈਣਾ ਬੈਠੀਆਂ ਨੇ, ਜਿਹੜੇ ਦੋ ਭਰਾ ਨਹੀਂ ਇਕੱਠੇ ਬੈਠ ਕੇ ਪੜ੍ਹ ਸਕਦੇ, ਉਹ ਬੱਚੀਆਂ ਦੇ ਸਾਹਮਣੇ ਕਿਵੇਂ ਪੜ੍ਹਾ। ਇੱਦਾਂ ਮੇਰਾ ਚੋਲਾ ਸੁੱਤੀ ਚੋਰੀ ਹੋ ਗਈ, ਉੱਧਰ ਉਹ ਵੇਸਵਾ ਸੋਚਦੀ ਵੀ ਮੇਰੀ ਗੱਲ ਇਹਨਾਂ ਨੇ ਨਹੀਂ ਮੰਨੀ, ਮੈਂ ਇਹਨਾਂ ਨੂੰ ਬਦਨਾਮ ਕਰਾਂ, ਉਹ ਸਵੇਰੇ ਚੋਲਾ ਤੇ ਜੁੱਤੀ ਚੁੱਕਦੀ ਹੈ ਤੇ ਲੋਕਾਂ ਨੂੰ ਵਿਖਾਉਂਦੀ ਹੈ ਇਹ ਗੁਰੂ ਦਾ ਰਾਜ ਮੇਰੇ ਕੋਲ ਰਿਹਾ, ਆ ਵੇ ਲੋਕ ਚੋਲਾ ਜੁੱਤੀ ਸਿੱਖ ਨੂੰ ਫੜ ਕੇ ਲਿਆ ਜਿਹੜੀ ਚੋਲਾ ਜੁੱਤੀ ਇਹਦੇ ਘਰ ਇਹਦੇ ਕੋਲ, ਕਿਉਂਕਿ ਗੁਰੂ ਗੋਬਿੰਦ ਸਿੰਘ ਸਾਹਿਬ ਆ ਕੇ ਅੰਦਰੋਂ ਮਹਿਸੂਸ ਕਰਦੇ ਸਨ, ਸਿੱਖਾਂ ਨੂੰ ਆਖਦੇ ਨੇ ਕਿ ਉਹ ਕੁਝ ਨਾ ਸਰਕਾਰ ਨਾਲ ਛੱਡ ਆਓ, ਇਹਨੂੰ ਫਿਰ ਕਿਸੇ ਦਿਨ ਬੁਲਾਵਾਂਗੇ ਤੇ ਫੈਸਲਾ ਕਰਨਾ। ਮੁੜ ਉਹਨੂੰ ਇਕੱਲੀ ਨੂੰ ਬੁਲਾਉਂਦੇ ਨੇ ਤੇ ਉਹਦੇ ਕੋਲੋਂ ਮੁਆਫੀ ਮੰਗਦੇ ਨੇ, ਬਕਾਇਦਾ ਇੱਕ ਲਫ਼ਜ਼ ਲੈ ਕਿਸ ਗੱਲ ਨੂੰ ਕਿ ਸਤਗੁਰੂ ਦਾ ਅਦਬ ਹੋ ਰਿਹਾ ਜਾਂ ਗੁਰੂ ਨੂੰ ਸ਼ੱਕੀ ਬਣਾਇਆ ਜਾ ਰਿਹਾ, ਕਿਸ ਗੱਲ ਮਾਫੀ ਮੰਗਦੇ ਨੇ ਤੇ ਨਾਲ ਉਹਨੂੰ ਕਹਿੰਦੇ ਨੇ ਵੇਖ ਤੂੰ ਮੇਰੇ ਨਾਲ ਚਰਿੱਤਰ ਖੇਡਿਆ ਸੀ ਮੈਂ ਤੇਰੇ ਅੱਛਾ, ਔਰ ਅੱਗੇ ਲਈ 40,000 ਰੁਪਇਆ ਅੱਜ ਤੋਂ 300 ਸਾਲ ਪਹਿਲਾਂ ਦਾ ਕਰੰਸੀ ਦਾ ਅੰਦਾਜ਼ਾ ਲਾਓ 40,000 ਕਿੰਨਾ ਬਣਦਾ ਹੈ। ਉਹ ਭਲੇ ਉਹ ਰਾਜਸਥਾਨ ਨਾਲ ਤਾਂ ਸੋਚੋ ਕੀ ਕੁਝ ਹੋ ਰਿਹਾ ਸਾਡੇ ਨਾਲ। ਗੁਰੂ ਗੋਬਿੰਦ ਸਿੰਘ ਸਾਹਿਬ ਦੇ ਗੁਰੂ ਤੇਗ ਬਹਾਦਰ ਸਾਹਿਬ ਦੇ ਹੁਕਮਨਾਮਿਆਂ ਦੀ ਕਿਤਾਬ ਛਪੀ ਹੋਈ ਹੈ, ਗੁਰੂ ਸਿੱਖ ਸੰਗਤਾਂ ਕੋਲੋਂ ਕਿਤੇ 500 ਕਿਤੇ 100 ਦੀ ਫਰਮਾਇਸ਼ ਕਰ ਰਿਹਾ ਹੈ ਕਿ ਆਪਣੇ ਸ਼ਹਿਰ ਵਿੱਚੋਂ ਇਕੱਠੇ ਕਰਕੇ ਹੁੰਦੀ ਕਰਾ ਕੇ ਭੇਜੋ ਗੁਰੂ ਘਰ ਦੇ ਖਜ਼ਾਨੇ ਤੇ ਲੰਗਰ ਲਈ, ਤੇ ਜਿਸ ਲੰਗਰ ਲਈ ਜਿਹਨੇ ਗੁਰੂ ਖਜ਼ਾਨੇ ਲਈ ਲੋਕ 500 ਦੀਆਂ ਹੁੰਦੀਆਂ ਭੇਜਦੇ ਹੋਣ ਉਹ ਗੁਰੂ ਦੇ ਖਜ਼ਾਨੇ ਵਿੱਚੋਂ 40,000 ਰੁਪਇਆ ਸਾਲ ਦਾ ਕਿੱਥੋਂ ਨਿਕਲ ਆਇਆ ਇੱਕ ਵੇਸਵਾ ਨੂੰ ਦੇਣ ਵਾਸਤੇ। ਜਿਹਨੂੰ ਛੁਪਾਉਣ ਵਾਸਤੇ ਉਹਦਾ ਮੂੰਹ ਬੰਦ ਕਰਨ ਲਈ 40,000 ਰੁਪਇਆ ਸਾਲ ਦਾ ਉਹਦਾ ਰਜ਼ੀਨਾ ਲਾਇਆ ਜਿਹਨੇ ਇੰਨਾ ਵੱਡਾ ਗੁਨਾਹ ਕੀਤਾ। ਮੈਂ ਤੁਹਾਡੇ ਨਾਲ ਸਿਰਫ ਓਨੀ ਕਹਾਣੀ ਸਾਂਝੀ ਕਰ ਸਕਦਾ ਜਿਹੜੀ ਮੇਰੀ ਜ਼ਮੀਰ ਦੇ ਅੰਦਰ ਨਹੀਂ ਕਰ ਸਕਦਾ, ਪਰ ਇੱਕ ਗੱਲ ਵੀ ਸਪਸ਼ਟ ਕਰਨਾ ਚਾਹੁੰਦਾ ਕਿ ਜੇ ਤੁਸੀਂ ਜਾਗੋਗੇ ਨਹੀਂ ਤੇ ਇਹ ਜ਼ਲਾਲਤ ਸਾਡੀ ਝੋਲੀ ਗਲੇ ਪਾ ਦਿੱਤੀ ਜਾਏਗੀ, ਜਿਹਦੇ ਨਾਲ ਸਾਡੇ ਬੱਚੇ ਅੱਜ ਤੋਂ 10-20 ਸਾਲ ਬਾਅਦ ਜਦੋਂ ਗੁਰੂ ਰੂਪ ਬਣਾ ਦਿੱਤਾ ਗਿਆ ਹੁਣ ਉਹਨਾਂ ਨੇ ਵਰਤਿਆ ਪਹਿਲਾਂ ਨਾ ਇਹਦਾ ਵਿਚਿੱਤਰ ਪ੍ਰਾਪਤ ਸੀ, ਫਿਰ ਨਾ ਵੇਖਿਆ ਇਹਦਾ ਪ੍ਰਭਾਵ ਨਹੀਂ ਪੈਂਦਾ, ਇਹਦਾ ਨਾਂ ਦਸਮ ਗ੍ਰੰਥ ਰੱਖ ਦਿੱਤਾ। ਕੁਝ ਰਚਨਾਵਾਂ ਜਿਹੜੀਆਂ ਗੁਰਮਤਿ ਨਾਲ ਮੇਲ ਖਾਂਦੀਆਂ ਸਨ ਉਹਦੇ ਵਿੱਚ ਵੰਡ ਦਿੱਤੀਆਂ ਗਈਆਂ ਵੱਖ ਵੱਖ ਥਾਂ ਤਾਂ ਕਿ ਪਿੰਡਾ ਪੈ ਤੇ ਇਹਦਾ ਨਾਂ ਦਸਮ ਗ੍ਰੰਥ ਰੱਖ ਦਿੱਤਾ। ਫਿਰ ਦਸਮ ਗ੍ਰੰਥ ਨੂੰ ਕੰਪਲੀਟ ਕਰ ਕਰਕੇ ਹੌਲੀ ਹੌਲੀ ਹੁਣ ਇਸ ਵੇਲੇ ਜਿਹੜਾ ਗ੍ਰੰਥ ਹੈ ਉਹਦੇ ਉੱਤੇ ਦਸਮ ਛੋਟਾ ਜਿਹਾ ਕਰ ਦਿੱਤਾ, ਉੱਪਰ ਥੱਲੇ ਲਿਖ ਦਿੱਤਾ ਹੈ ਦਸਮ ਸ੍ਰੀ ਗੁਰੂ ਗ੍ਰੰਥ ਸਾਹਿਬ, ਪੂਰਾ ਨਾਮ ਸ੍ਰੀ ਗੁਰੂ ਸਾਹਿਬ ਦਾ ਦਿੱਤਾ ਹੈ। ਦਸਮ ਛੋਟਾ ਜਿਹਾ ਕਰਕੇ ਥੱਲੇ ਲਿਖ ਦਿੱਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ,
ਪ੍ਰਕਾਸ਼ ਪ੍ਰਾਪਤ ਕੀਤਾ ਹੋਇਆ। ਅੰਗਰੇਜ਼ਾਂ ਨੂੰ ਲੰਬੀ ਕਹਾਣੀ ਹੈ, ਅੰਗਰੇਜ਼ਾਂ ਦੇ ਵਕਤ ਕਿਵੇਂ ਪ੍ਰਕਾਸ਼ ਹੋਇਆ, ਕਿਵੇਂ ਬ੍ਰਾਹਮਣਿਜ਼ਮ ਅਤੇ ਅੰਗਰੇਜ਼ ਨੇ ਸਿੱਖੀ ਨੂੰ ਮਿਟਾਉਣ ਲਈ, ਕਿਉਂਕਿ ਸਭ ਤੋਂ ਦੁੱਖ ਵੱਡਾ ਜਿੱਥੇ ਬ੍ਰਾਹਮਣ ਨੂੰ ਸੁੱਖ ਸੀ ਸਿੱਖੀ ਤੋਂ ਸੀ, ਉੱਥੇ ਅੰਗਰੇਜ਼ ਨੂੰ ਵੀ ਸੀ, ਕਿਉਂਕਿ ਗੋਰੇ ਕੇਵਲ ਅਤੇ ਕੇਵਲ ਪੰਜਾਬ ਵਿੱਚ ਠੱਲ ਪਈ ਸੀ ਕਿ ਉੱਥੇ ਰਾਜ ਸਰਕਾਰ ਸੀ, ਸਾਰੇ ਹਿੰਦੁਸਤਾਨ 'ਤੇ ਮੈਂ ਰਾਜ ਕੀਤਾ, ਪਰ ਮਹਾਰਾਜਾ ਰਣਜੀਤ ਸਿੰਘ ਨੇ ਸਤਲੁਜ ਪਾਰ ਨਹੀਂ ਹੋ ਦਿੱਤਾ। ਆਖਰ ਇਹਨਾਂ ਨੂੰ ਸਤਲੁਜ ਦੇ ਕੰਢੇ ਰੋਪੜ ਦੇ ਟਿਕਾਣੇ 'ਤੇ ਸਿੱਖੀ ਨਾਲ ਖਾਲਸਾ ਰਾਜ ਨਾਲ ਸਮਝੌਤਾ ਕਰ ਗਿਆ। ਖਾਲਸਾ ਰਾਜ ਗਿਆ ਤਾਂ ਡੋਗਰਿਆਂ ਦੀ ਖਤਾਰੀ ਤੇ ਗੋਰਿਆਂ ਦੀ ਬਕਾਲੀ ਉਸ ਟਾਈਮ ਤੇ ਉਹ ਸਾਜਿਸ਼ ਭਰਿਆ ਗ੍ਰੰਥ ਤਖਤਾਂ ਤੇ ਵੀ ਬਿਰਾਜਮਾਨ ਕਰਾਇਆ ਗਿਆ। ਲੇਕਿਨ ਸਿੱਖੀ ਜਦੋਂ ਜਾਗਦੀ ਸਿੱਖੀ ਮੁੜ ਪਾਵਰ ਵਿੱਚ ਆਈ, ਸਭ ਤੋਂ ਪਹਿਲਾਂ ਇਹਨਾਂ ਪੰਜਾਬ ਦੇ ਤਖਤਾਂ ਤੋਂ ਇਹਨਾਂ ਨੇ ਉਹ ਤਖਤ ਗ੍ਰੰਥ ਹਟਾਇਆ ਗਿਆ, ਉਸੇ ਲਿਖਿਆ ਅੱਜ ਵੀ ਹੁੰਦਾ। ਇਹ ਬੜੀ ਵੱਡੀ ਸਾਜਿਸ਼ ਸੀ ਕਿ ਕੇਵਲ ਪੰਜਾਬ ਗੁਰਦੁਆਰਾ ਦਿੱਤਾ, ਸਾਨੂੰ ਹਿੰਦੁਸਤਾਨ ਪੂਰਾ ਦੇਸ਼ ਦਾ ਜਿਹੜਾ ਸੀ ਐਕਟ ਨਹੀਂ ਮਿਲਿਆ, ਆਲ ਇੰਡੀਆ ਗੁਰਦੁਆਰਾ ਐਕਟ ਸਾਨੂੰ ਨਹੀਂ ਮਿਲਿਆ। ਇਸ ਲਈ ਦੋ ਤਖਤ ਜਿਹੜੇ ਬਾਹਰ ਦੇ ਸਨ ਉਹ ਸਿੱਧੇ ਉਹਨਾਂ ਦੇ ਹੱਥ ਵਿੱਚ ਰਹਿ ਗਏ, ਉਹਦੇ ਤੇ ਪੂਰਾ ਹਿੰਦੂ ਯੁੱਗ ਦਾ ਪ੍ਰਚਾਰ ਹੋਵੇ। ਉਸੇ ਤਰ੍ਹਾਂ ਗੁਰਦਾ ਗੱਦੀਆਂ, ਉਸੇ ਤਰ੍ਹਾਂ ਆਰਤੀਆਂ ਹੁੰਦੀਆਂ ਨੇ, ਉਸੇ ਤਰ੍ਹਾਂ ਭੱਗ ਦੇ ਭੋਗ ਲਵਾਏ ਜਾਂਦੇ ਨੇ ਉੱਥੇ, ਉਸੇ ਤਰ੍ਹਾਂ ਬਲੀਆਂ ਦਿੱਤੀਆਂ ਜਾਂਦੀਆਂ ਨੇ ਜਾਨਵਰਾਂ ਦੀਆਂ, ਦਰਬਾਰ ਸਾਹਿਬ ਦੇ ਅੰਦਰ ਅਸੀਂ ਵੇਖੀ ਹੋਣੀ ਕਿਸੇ ਤਰ੍ਹਾਂ ਅੰਦਰ ਵੀਡੀਓ ਟੇਪ ਵਿੱਚ ਵਿਖਾਈ ਦਾ, ਆ ਯੂਟਿਊਬ ਤੇ ਜਾਓ ਉੱਥੇ ਦੇਖ ਸਕਦੇ ਹੋ ਕਿਸ ਤਰ੍ਹਾਂ ਖੂਨ ਦਾ ਟਿੱਕਾ ਬਲੀ ਨੇ ਤੇ ਖੂਨ ਦਾ ਟਿੱਕਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਨੂੰ ਵੀ ਲੱਗਦਾ ਹੈ। ਇਹ ਸਾਰਾ ਕੁਝ ਹਿੰਦੂ ਜੀ ਦਾ ਪ੍ਰਤਾਰ ਹੋ ਰਿਹਾ, ਪਰ ਸਾਨੂੰ ਜਾਗਰਣ ਦੀ ਲੋੜ ਹੈ। ਤੇ ਉਸ ਜਾਗਰਤੀ ਨਾਲ ਕਿ ਜਿਸ ਸਾਜਿਸ਼ ਅਧੀਨ ਮਿਕਸ ਕਰਕੇ ਇਹ ਜ਼ਲਾਲਤ ਨੂੰ ਸਾਡੀ ਝੋਲੀ ਪਾਇਆ ਜਾ ਰਿਹਾ, ਅਸੀਂ ਉਹਦੇ ਵਿੱਚੋਂ ਚੋਣ ਕਰੀਏ ਜਿਹੜੀ ਚੀਜ਼ ਸਾਡਾ ਨੁਕਸਾਨ, ਅਸੀਂ ਗੁਰਬਾਣੀ ਦੇ ਬਰਾਬਰ ਤਾਂ ਕਿਸੇ ਚੀਜ਼ ਨੂੰ ਵੀ ਨਹੀਂ ਬਣ ਸਕਦੇ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਤਾਂ ਪ੍ਰਕਾਸ਼ ਦੂਜੀ ਚੀਜ਼ ਹੋ ਹੀ ਨਹੀਂ ਸਕਦੀ, ਕਿਉਂਕਿ ਫੈਸਲਾ ਗੁਰੂ ਗੋਬਿੰਦ ਸਿੰਘ ਸਾਹਿਬ ਦਾ। ਪਰ ਜੇ ਕੋਈ ਰਚਨਾਵਾਂ ਮੂਲ ਰੂਪ ਵਿੱਚ ਗੁਰਮਤ ਨਾਲ ਮੇਲ ਖਾਂਦੀਆਂ ਵੀ ਨੇ, ਅਸੀਂ ਲਿਟਰੇਚਰ ਪਵਿੱਤਰ ਲਿਟਰੇਚਰ ਸਮਝ ਕੇ ਉਹਨੂੰ ਸੰਭਾਲ ਸਕਦੇ ਹਾਂ, ਉਹਨੂੰ ਰੋਧ ਨਹੀਂ ਪੜ ਸਕਦੇ। ਛੋਟੀਆਂ ਛੋਟੀਆਂ ਗੱਲਾਂ ਸਾਡੇ ਵਿਚਾਰ ਵਾਲੀਆਂ ਨੇ। ਪੰਥਕ ਨੇ ਕੱਲ੍ਹ ਦੀ ਗੱਲ ਕੀਤੀ ਸੀ, ਆਦਰ ਪੰਥ ਨੇ ਜੇ 14 ਸਾਲ ਲਾ ਕੇ ਵਿਦਵਾਨਾਂ ਨੇ ਫੈਸਲਾ ਕੀਤਾ, ਸਾਡੀ ਗੱਲਾਂ ਵਿਚਾਰੀਆਂ ਰਾਜੀਨਾਮਾ ਕੀਤੀ ਸੀ, ਚੌਪੀ ਨਾਲ ਲਿਖ ਦਿੱਤਾ ਇੱਥੋਂ ਤੱਕ ਪੜ੍ਹਨੀ ਅੱਗੇ ਨਹੀਂ ਪੜ੍ਹਨੀ। ਇਹਨੂੰ ਰਾਜਾ ਸੀ ਭਗਵਤੀ ਤੇ ਸਪਸ਼ਟ ਕਰਨਾ ਚਾਹੀਦਾ। ਖਿਆਲ ਕਰਿਓ ਜੇ ਭਲਾ ਅਸੀਂ ਰੱਬ ਨੂੰ ਪਰਮੇਸ਼ਰ ਆ, ਰੱਬ ਨੂੰ ਕਰਤਾਰ ਆਕਾਲ ਪੁਰਖ ਦਾ, ਜੇ ਭਲਾ ਕੋਈ ਆਪਣੇ ਪੁੱਤਰ ਦਾ ਨਾਮ ਪਰਮੇਸ਼ਰ ਸਿੰਘ ਰੱਖ ਲਏ, ਤੁਸੀਂ ਉਹਨੂੰ ਮੱਥਾ ਟੇਕੋਗੇ? ਕੋਈ ਆਪਣੇ ਪੁੱਤਰ ਦਾ ਨਾਂ ਕਰਤਾਰ ਸਿੰਘ ਰੱਖ ਲਿਆ ਜਾਂ ਪਰਮੇਸ਼ਰ ਸਿੰਘ ਰੱਖ ਲਿਆ ਤੇ ਗੱਲ ਇਹ ਭਲਾ ਫੜ ਕੇ ਵੀ ਪਾ ਲਵੇ ਤੇ ਉਹਦੇ ਉੱਤੇ ਲਿਖਿਆ ਹੋਵੇ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ, ਅਸੀਂ ਉਹਨੂੰ ਪਰਮੇਸ਼ਰ ਮੰਨ ਲਵਾਂਗੇ? ਲਿਖਣੇ ਦਾ ਮਤਲਬ ਇਹ ਵੀ ਨਹੀਂ ਕਿ ਅਸੀਂ ਪਰਮੇਸ਼ਰ ਤੋਂ ਮੁਨਕਰ ਹੋ ਜਾਵਾਂ, ਅਸੀਂ ਸਮਝ ਲਵਾਂਗੇ ਕਿ ਇਹ ਪਰਮੇਸ਼ਰ ਨਹੀਂ ਉਹਦਾ ਪਰਮੇਸ਼ਰ ਹੈ ਨਾ, ਇਹ ਸਾਨੂੰ ਪਤਾ ਹੋਣਾ ਚਾਹੀਦਾ। ਇਹ ਦਾ ਪੁੱਤਰ ਹੈ, ਨਾਮ ਆਪ ਰੱਖਿਆ ਪਰਮੇਸ਼ਰ ਸਿੰਘ, ਨਾਨਕ ਕਿਉਂ ਗਿਆਨੀ ਆਪ ਪਰਮੇਸ਼ਰ ਆਖ ਕੇ ਅਸੀਂ ਇਹਦੇ ਅੱਗੇ ਨਹੀਂ ਚੁੱਕਣਾ, ਸਾਨੂੰ ਪਤਾ ਹੋਵੇ ਸਾਡਾ ਪਰਮੇਸ਼ਰ ਸਾਡਾ ਕੋਈ ਕਰਤਾਰ ਹੈ। ਇਸੇ ਤਰ੍ਹਾਂ ਭਗਵਤੀ ਦੇਵੀ ਦੀ ਜਿਹੜੀ ਵਾਰ ਹੈ ਅਸੀਂ ਉਹਨੂੰ ਨਹੀਂ ਪੁੱਜਦੇ, ਉਹਦੇ ਵਿੱਚ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਨਾਮ ਹੇਠ ਸਾਜਿਸ਼ਕਾਰ ਨੇ ਦੇਵੀ ਦੀ ਉਪਾਸ਼ਨਾ ਦਾ ਬਹੁਤ ਕੁਝ ਲਿਖਿਆ, ਇੱਥੋਂ ਤੱਕ ਸਪਸ਼ਟ ਲਿਖਿਆ ਪੜ੍ਹ ਸਕਦੇ ਕਿ ਹੇ ਦੇਵੀ ਤੇਰੇ ਖੁੱਲੇ ਵਾਲ, ਤੇਰੀਆਂ ਸ਼ਰਾਬ ਦੇ ਨਸ਼ੇ ਵਿੱਚ ਖੁਮਾਰੀ ਵਿੱਚ ਆਈਆਂ ਹੋਈਆਂ ਨਸ਼ਿਆਈਆਂ ਹੋਈਆਂ ਅੱਖਾਂ, ਤੇਰੇ ਲਾਲ ਹੋਠ ਇੰਨੀ ਖੂਬਸੂਰਤੀ ਮਿਲੀ ਕਿ ਮੈਂ ਤੇਰੇ ਤੋਂ ਕੁਰਬਾਨ ਹਾਂ, ਤੇਰੀ ਰਹਿਮਤ ਨਾਲ ਹੀ ਮੈਂ ਕੁਛ ਲਿਖ ਸਕਣਾ, ਤੇਰੀ ਬਖਸ਼ਿਸ਼ ਬਣਾ ਮੈਂ ਇੱਕ ਅੱਖਰ ਦੀ ਗੱਲ, ਇਹ ਭਲਾ ਗੁਰੂ ਗੋਬਿੰਦ ਸਿੰਘ ਸਾਹਿਬ ਦੇਵੀ ਨੂੰ ਆਖ ਰਹੇ? ਠੀਕ ਹੈ, ਸਾਜਿਸ਼ਕਾਰ ਨੇ ਪ੍ਰਥਮ ਭਗਵਤੀ ਦੀ ਪੌੜੀ ਉਹਦੇ ਨਾਲ ਜੋੜੀ, ਇਹ ਵੀ ਸਕਦੇ ਅਸੀਂ ਹਰ ਗੱਲ ਬਿਨਾਂ ਗਿਆਨ ਦੀ ਲੋੜ ਹੈ। ਅੱਜ ਮੁਸ਼ਕਲ ਕੋਈ ਹੈ ਕਿ ਅਸੀਂ ਗਿਆਨ ਦੀ ਦੁਨੀਆਂ ਵਿੱਚ ਜਾਣ ਦੀ ਬਜਾਏ ਕੇਵਲ
एक पक्ष ले जाए ਉਹ ਪੌੜੀ ਦਾ ਤੇ ਇਸ ਭਗਵਤੀ ਦੇਵੀ ਦੀ ਉਪਾਸ਼ਨਾ ਦਾ ਜ਼ਮੀਨ ਅਸਮਾਨ ਦਾ ਫਰਕ ਹੈ ਇੰਨਾ ਹੀ ਫਰਕ ਹੈ ਜਿਵੇਂ ਕਿਸੇ ਪੁੱਤਰ ਦਾ ਨਾਮ ਪਰਮੇਸ਼ਰ ਸਿੰਘ ਹੋਵੇ ਤੇ ਸਾਡੇ ਅਕਾਲ ਪੁਰਖ ਦਾ ਨਾਮ ਪਰਮੇਸ਼ਰ ਹੋਵੇ ਹੁਣ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਕੋਲੋਂ ਪੁੱਛੀਏ ਭਗਵਤੀ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਭਗਵਤੀ ਦਾ ਬਤਾਇਆ ਔਰ ਉਹਦੀ ਪਰਿਭਾਸ਼ਾ ਤੁਸੀਂ ਸੰਬੰਧੀ ਸਾਹਿਬ ਤੇ ਰੋਜ਼ ਪੜ੍ਹਦੇ ਹੋ ਭਗਵਤੀ ਭਗਵੰਤ ਭਗਤ ਤਾਰੰਗ ਸਗਲ ਤਿਆਗੇ ਦੁਸ਼ਟ ਕਾ ਸੰਗ ਮਰਤੇ ਪਿਛੇ ਸਗਲਾ ਭਰਨ ਕਰ ਪੂਜਾ ਸਗਲ ਪਾਰਬਣ ਸਾਰ ਸੰਗ ਪਾਪਾਂ ਮਲ ਖੋਵੇ ਇਸ ਭਗਵਤੀ ਕੀ ਮਤ ਉੱਤਮ ਹੋਵੇ ਭਗਵੰਤ ਕੀ ਚਾਰ ਕਰੇ ਨਿਤ ਨੀਤ ਮੰਤਨ ਅਰਪਾ ਭਿਸ਼ਨ ਪਰੀਤ ਹਰ ਕੇ ਚਰਨ ਹਿਰਦੇ ਪਸਾਵੇ ਨਾਨਕ ਸੋ ਭਗਵਤੀ ਭਗਵੰਤ ਕੋ ਪਾਵੇ ਸੋ ਪੰਡਿਤ ਜੋ ਮਨ ਪਰਬੋ ਦੇਖੇ ਸਾਰੀ ਸਾਰੇ ਦੀ ਵੱਖ ਵੱਖ ਪਰਿਭਾਸ਼ਾ ਇੱਥੇ ਗੁਰੂ ਅਰਜਨ ਪਾਤਸ਼ਾਹ ਇਹ ਕਹਿ ਰਹੇ ਨੇ ਜਿਹੜਾ ਭਗਵੰਤ ਦੇ ਨਾਲ ਮਿਲਿਆ ਹੋਇਆ ਭਗਵੰਤ ਨੂੰ ਪਛਾਣਦਾ ਹੈ ਭਗਵਤੀ ਉਸ ਵਿਅਕਤੀ ਦਾ ਉਸ ਸ਼ਕਤੀ ਦਾ ਉਸ ਹਸਤੀ ਦਾ ਨਾਮ ਕਿਸੇ ਦੇਵੀ ਨੂੰ ਗੁਰੂ ਭਗਵਤੀ ਨਹੀਂ ਮੰਨਦਾ ਅਗਲਾ ਜਿਹੜਾ ਹਿੱਸਾ ਉਹ ਸਾਰਾ ਦੇਵੀ ਦੀ ਉਪਾਸ਼ਨਾ ਸਿੱਖ ਨੇ ਨਹੀਂ ਮੰਨਣਾ ਜਿਹਨਾਂ ਵਿਦਵਾਨਾਂ ਨੇ ਫੈਸਲਾ ਕੀਤਾ ਨਾ ਇੱਥੇ ਅਰਦਾਸ ਵਿੱਚ ਭਗਵਤੀ ਵਾਲੀ ਪੌੜੀ ਪੜ੍ਹਦਾ ਉਹਨਾਂ ਨੂੰ ਬੜਾ ਸੋਚਿਆ ਇਸ ਨਜ਼ਰੀਏ ਨਾਲ ਨਹੀਂ ਕੀਤਾ ਕਿ ਅਸੀਂ ਦੇਵੀ ਭਗਵਤੀ ਦੀ ਪੂਜਾ ਕਰ ਰਹੇ ਉਹ ਨਹੀਂ ਮੰਨਦੇ ਅਸੀਂ ਵੀ ਨਹੀਂ ਮੰਨਣਾ ਬਿਲਕੁਲ ਨਹੀਂ ਮੰਨਣਾ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਇੱਕ ਪ੍ਰੇਰਨਾ ਲੈ ਕੇ ਭਰਾ ਫਿਰ ਵੇਖਣਾ ਹੁਣ ਜਰਾ ਪੜ੍ਹਿਓ ਪਾਣੀ ਚਾਕਿਆ ਸੋ ਭਗਵਤੀ ਜੋ ਭਗਵੰਤੇ ਜਾ ਗੁਰੂ ਦੇ ਕਨਸੈਪਟ ਵਿੱਚ ਭਗਵਤੀ ਦਾ ਅਰਥ ਹੈ ਭਗਵੰਤ ਨੂੰ ਜਾਣਨ ਵਾਲਾ ਰੱਬ ਦੇ ਕਿਸੇ ਦੇਵੀ ਦਾ ਨਾਮ ਤੇ ਹੁਣ ਇਸ ਪੌੜੀ ਨੂੰ ਪੜ੍ਹੋ ਇੱਥੇ ਰਹੱਸ ਕਿਵੇਂ ਪ੍ਰਥਮ ਭਗਵਤੀ ਸਿਮਰ ਹੈ ਸਭ ਤੋਂ ਪਹਿਲਾਂ ਮੈਂ ਉਹਨਾਂ ਨੂੰ ਯਾਦ ਕਰਨਾ ਜਿਹੜੇ ਰੱਬ ਦੇ ਪ੍ਰਭੂ ਨੂੰ ਜਾਣਨ ਵਾਲੇ ਦੇ ਨੇੜੇ ਨੇ ਉਹਨਾਂ ਦੀ ਲਿਸਟ ਬਿਆਨ ਕਰਨਾ ਉਹਨਾਂ ਦੀ ਲਿਸਟ ਵਿੱਚ ਸਭ ਤੋਂ ਉੱਪਰ ਗੁਰੂ ਨਾਨਕ ਦਾ ਨਾਮ ਆਉਂਦਾ ਕਿਉਂਕਿ ਬਾਣੀ ਵੀ ਆਖਦੀ ਹੈ ਗੁਰੂ ਨਾਨਕ ਨੇ ਪਸੇ ਬਣਵਾ ਰੱਬ ਦੇ ਨੇੜੇ ਇੱਥੇ ਕੀ ਹੈ ਪ੍ਰਥਮ ਭਗਵਤੀ ਸਿਮਰਤ ਹੈ ਗੁਰੂ ਨਾਨਕ ਲਈ ਕੀ ਹੈ ਸਭ ਤੋਂ ਪਹਿਲਾਂ ਜਿਹੜੇ ਰੱਬ ਨੂੰ ਜਾਣਨ ਵਾਲੇ ਪ੍ਰਭੂ ਨਾਲ ਮਿਲੇ ਹੋਏ ਨੇ ਮੈਂ ਉਹਨਾਂ ਦੀ ਲਿਸਟ ਤੁਹਾਡੇ ਸਾਹਮਣੇ ਰੱਖਣਾ ਇਸ ਗੁਰੂ ਨਾਨਕ ਦਾ ਨਾਮ ਪਹਿਲਾਂ ਰੰਗ ਉੱਪਰਿਓ ਵਿਦਵਾਨਾਂ ਦੇ ਫੈਸਲਿਆਂ ਨੂੰ ਪੰਥਕ ਫੈਸਲਿਆਂ ਦੇ ਸਾਹਮਣੇ ਵੀ ਸਿਰ ਢੁਕਾਉਣਾ ਹੈ ਅਸੀਂ ਉਹ ਤਿਆਗਣੇ ਨਹੀਂ ਬਿਨਾਂ ਕਿਸੇ ਸੋਚ ਸਮਝੇ ਹਾਂ ਦੇਵੀ ਭਗਵਤੀ ਦੇ ਨਾਲ ਸਾਡਾ ਕੋਈ ਸੰਬੰਧ ਹੈ ਅੱਗੇ ਜਾ ਕੇ ਜਿੰਨੀ ਰਚਨਾ ਹੈ ਉਹ ਦੇਵੀ ਭਗਵਤੀ ਦੀ ਸਾਡਾ ਕੋਈ ਕੰਸਰਨ ਨਹੀਂ ਹੁੰਦਾ ਜਾਂ ਔਰ ਇਸੇ ਸਾਡੀ ਲੜਾਈ ਇਹ ਹੋਇਆ ਕਿ ਉਹ ਚੀਜ਼ ਕੱਢੋ ਜਿਹੜੀ ਚੀਜ਼ ਸਾਨੂੰ ਗੁਮਰਾਹ ਕਰਦੀ ਸਾਡੇ ਬੱਚਿਆਂ ਨੂੰ ਗੁਮਰਾਹ ਕਰੀ ਬਹੁਤ ਕੁਝ ਕਿ ਮੈਂ ਬਲਕਿ ਰਸਤੇ 'ਚ ਵੀ ਗੱਲ ਕਹਿ ਰਿਹਾ ਸਾਂ ਜੇ ਕਦੀ ਇਸ ਗ੍ਰੰਥ ਨੂੰ ਚੰਗੀ ਤਰ੍ਹਾਂ ਮੁਤਾਲਿਆ ਕੀਤਾ ਜਾਵੇ ਜਿਹਨਾਂ ਨੇ ਕੀਤਾ ਉਹਨਾਂ ਨੇ ਫੈਸਲਾ ਕੀਤਾ ਪ੍ਰਿੰਸੀਪਲ ਕਿਸੇ ਵੀ ਸਿੱਖ ਕਿਸੇ ਵੀ ਕਾਲਜ ਦੇ ਪ੍ਰਿੰਸੀਪਲ ਦੀ ਕਿਤਾਬ ਪੜ੍ਹਿਆ ਉਹਨਾਂ ਮੁਤਾਲਿਆ ਕਰਕੇ ਠੀਕ ਤੇ ਫੈਸਲਾ ਦਿੱਤਾ ਕਿ ਜਿਹਨੂੰ ਇਹ ਦਸਮ ਗ੍ਰੰਥ ਆਖਦੇ ਨੇ ਕੇਵਲ ਤੇ ਕੇਵਲ ਉਹਦੇ ਵਿੱਚ 1428 ਸਫ਼ੇ ਵਿੱਚੋਂ ਉਹ ਲਿਖਦੇ ਨੇ ਕੇਵਲ 7 ਸਫ਼ਾ ਐਸਾ ਹੈ ਜਿਹਨੂੰ ਅਸੀਂ ਕਿਸੇ ਤੱਕ ਡਰ ਲਈ ਆਖ ਸਕਦੇ ਹਾਂ ਹੋ ਸਕਦਾ ਕੁਛ ਸਮਝ ਲੈ ਕੇਵਲ 7 ਸਫ਼ਾ ਉਸ 7 ਸਫ਼ੇ ਪਿੱਛੇ ਅਸੀਂ 1428 ਸਫ਼ਾ ਕਿਵੇਂ ਹਜ਼ਮ ਕਰਦੇ ਜਿਹਦੇ ਕੁੰਡਲੀ ਚ ਲਾ ਦਿੱਤਾ ਜਿਹੜਾ ਪੜ੍ਹਿਆ ਵੀ ਜਾ ਸਕਦਾ ਉਹਨੂੰ ਗੁਮਰਾਹ ਸਿੱਖੀ ਨੂੰ ਗੁਮਰਾਹ ਕਰ ਹਾਂ ਉਹ 7 ਸਫ਼ਿਆਂ ਦਾ ਗੁਟਕਾ ਅਸੀਂ ਜੇ ਵੱਖ ਨਹੀਂ ਕਰ ਲਈਏ ਉਹਨੂੰ ਰੋਜ਼ ਨਹੀਂ ਪੜ੍ਹੀ ਸਾਨੂੰ ਕੋਈ ਇਤਰਾਜ਼ ਨਹੀਂ ਤਦ ਤੱਕ ਫੈਸਲੇ ਉਹਨਾਂ ਪੰਥਕ ਫੈਸਲਿਆਂ ਕੇ ਸਿਰ ਚੁਕਾਉਣਾ ਜੇ ਅਸੀਂ ਹੁਣ ਇਸ ਗੁਰੂ ਅਰਜਨ ਪਾਤਸ਼ਾਹ ਜੀ ਦੇ ਕੀਤੇ ਹੋਏ ਫੈਸਲੇ ਭਗਵਤੀ ਦੀ ਹੈ ਉੱਥੇ ਉਹ ਕਹਿ ਰਹੇ ਨੇ ਸੋ ਭਗਵਤੀ ਜੋ ਭਗਵੰਤੇ ਜਾਣੇ ਤੇ ਹੁਣ ਇੱਥੇ ਜਦੋਂ ਆਖਾਂਗੇ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲੈ ਕੇ ਆਏ ਤਾਂ ਇਹਦਾ ਮਤਲਬ ਹੋਏਗਾ ਮੈਂ ਉਸ ਵਿਅਕਤੀਆਂ ਦੀ ਲਿਸਟ ਦੇ ਰਿਹਾ ਜਿਹੜੇ ਰੱਬ ਦੇ ਨੇੜੇ ਨੇ ਇਸ ਢੰਗ ਨਾਲ ਅਸੀਂ ਪੰਥਕ ਫੈਸਲਿਆਂ ਦੀ ਵਿਚਾਰਧਾਰਾ ਦੀ ਦੁਨੀਆ ਵਿੱਚ ਜਾ ਕੇ ਸੱਚੋ ਮਾਣ ਅਸੀਂ
ਦਲਾਲਤ ਵੀ ਤਾਂ ਹੀ ਕੱਢ ਸਕਾਂਗੇ ਜੇ ਸਾਡੀ ਵਿਚਾਰਧਾਰਾ ਪੰਥਕ ਰੂਪ ਵਿੱਚ ਇੱਕ ਹੋਵੇ। ਜੇ ਸਾਡੀ ਵਿਚਾਰਧਾਰਾ ਪੰਥਕ ਰੂਪ ਵਿੱਚ ਇੱਕ ਨਾ ਹੋਈ ਤਾਂ ਸਾਡੀ ਲੜਾਈ ਵੀ ਸਫਲ ਨਹੀਂ ਹੈ ਔਰ ਆਉਣ ਵਾਲੇ ਇਸ ਨੌਜਵਾਨ ਪੀੜ੍ਹੀ ਲਈ ਇੱਕ ਨਵੇਂ ਖਤਰੇ ਪੈਦਾ ਹੋ ਜਾਣਗੇ ਜਦੋਂ ਇਹਨਾਂ ਨੂੰ ਸਾਬਤ ਕੀਤਾ ਜਾਏਗਾ ਕਿ ਤੁਹਾਡਾ ਇਕੱਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਨਹੀਂ ਦਸਮ ਗ੍ਰੰਥ ਜੀ ਤੁਹਾਡਾ ਗੁਰੂ ਇਹ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਰਚਨਾ ਐਸੇ ਭੁਲੇਖੇ ਵਿੱਚ ਨਾ ਪਿਓ। ਮੈਂ ਇਸੇ ਲਈ ਤੁਹਾਨੂੰ ਇਹ ਵੀ ਕਹਿੰਦਾ ਤੁਸੀਂ ਮੇਰੇ ਰੱਖ ਕੇ ਲੱਗੋ ਸਿਰਫ ਇੰਨੀ ਗੱਲ ਕਹਿਣਾ ਕਿ ਤੁਸੀਂ ਪੜ੍ਹੋ ਜ਼ਰੂਰ ਜਿੱਦੇ ਕਿ ਸਿਰ ਝੁਕਾ ਕੇ ਸਾਨੂੰ ਆਖਿਆ ਜਾਂਦਾ ਸਾਨੂੰ ਪਤਾ ਹੀ ਨਾ ਹੋਵੇ ਉਹਦੇ ਵਿੱਚ ਕੀ। ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਵੀ ਵਿਚਾਰੋ ਤੇ ਉਸ ਗ੍ਰੰਥ ਨੂੰ ਵੀ ਵਿਚਾਰੋ ਤੁਹਾਨੂੰ ਪਤਾ ਲੱਗ ਜਾਏਗਾ ਜੇ ਸਾਡੇ ਵਿੱਚ ਕੁਝ ਵੀ ਹੰਸ ਵਾਲੀ ਬਿਰਤੀ ਹੋਈ ਤੇ ਸਾਨੂੰ ਪਤਾ ਲੱਗ ਜਾਏਗਾ ਮੋਤੀ ਕਿਹਦੇ ਵਿੱਚ ਨੇ ਤੇ ਜ਼ਿਕਰ ਕਿਹਦੇ ਵਿੱਚ। ਬਸ ਇਹਨਾਂ ਨੂੰ ਪਛਾਣ ਕਰਨ ਦੀ ਲੋੜ ਹੈ। ਗੁਰੂ ਨਾਨਕ ਨੇ ਫੈਸਲਾ ਦਿੱਤਾ ਸਤਿਗੁਰ ਤੇ ਕਹਿੰਦੇ ਸੰਭਾਲ ਕੇ ਅਮੀਰੀ ਵਿਰਸੇ ਨੂੰ ਸੰਭਾਲ ਕੇ ਅਮੀਰ ਜੀਵਨ ਬਿਤਾਏ। ਇਹਨਾਂ ਸ਼ਬਦਾਂ ਨਾਲ ਤੁਮਾਂ ਦਾ ਦਰਸ਼ਨ ਖਾਂ ਫਤਿਹ ਬੁਲਾਓ ਵਾਹਿਗੁਰੂ।